ਯੂਐਸ ਮੀਡੀਆ ਕੈਨੇਡਾ ਦੇ ਚੈਨਲ ਉੱਪਰ ਅੱਜ ਅਸੀਂ ਇੰਟਰਵਿਊ ਕਰਨ ਜਾ ਰਹੇ ਹਾਂ ਸਰਦਾਰ ਸਰਮੈਲ ਸਿੰਘ ਪੀਰ ਮੁਹੰਮਦ, ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਨੇ, ਔਰ ਸਿੱਖ ਫਾਰ ਜਸਟਿਸ ਜਿਹੜੇ ਕਿ ਬਾਹਰਲੇ ਦੇਸ਼ਾਂ ਦੇ ਵਿੱਚ, ਖਾਸ ਕਰਕੇ ਕੈਨੇਡਾ, ਅਮੈਰੀਕਾ ਔਰ ਯੂਰਪ ਦੇ ਵਿੱਚ ਹਰ ਇੱਕ ਉਹ ਵਿਅਕਤੀ ਸਿੱਖ ਫਾਰ ਜਸਟਿਸ ਨੂੰ ਜਾਣਦਾ ਜਿਸ ਨੇ ਸਿੱਖ ਫਾਰ ਜਸਟਿਸ ਦੀਆਂ ਜੋ ਕਿ ਕਾਰਵਾਈਆਂ ਉਹ ਦੇਖੀਆਂ ਇਹਨਾਂ ਕੰਟਰੀਆਂ ਦੇ ਵਿੱਚ, ਔਰ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਨੇ, ਉਸ ਇਸ ਵਾਰ ਸਾਡੇ ਨਾਲ ਲਾਈਨ ਤੇ ਹਨ। ਉਹਨਾਂ ਨਾਲ ਅਸੀਂ ਦੋ ਤਿੰਨ ਮੁੱਦਿਆਂ ਦੇ ਉੱਪਰ ਜਿਹੜੀ ਗੱਲਬਾਤ ਕਰਾਂਗੇ, ਉਹਦੇ ਵਿੱਚ ਖਾਸ ਕਰਕੇ ਸਾਡਾ ਟੋਰਾਂਟੋ ਦਾ ਰੇਡੀਓ ਦਾ ਵੀ ਮੁੱਦਾ ਹੈ। ਪੀਰ ਮੁਹੰਮਦ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀਰ ਮੁਹੰਮਦ ਸਾਹਿਬ, ਸਭ ਤੋਂ ਪਹਿਲਾਂ ਤਾਂ ਆਲਰੇਡੀ ਤੁਹਾਡੇ ਬਾਰੇ ਸਭ ਨੂੰ ਪਤਾ ਹੀ ਹੈ ਕਿ ਤੁਸੀਂ ਕਿਸ ਤਰ੍ਹਾਂ ਸਿੱਖ ਫਾਰ ਜਸਟਿਸ ਦੇ ਨਾਲ ਜੁੜੇ ਹੋਏ ਹੋ, ਔਰ ਸਿੱਖ ਫਾਰ ਜਸਟਿਸ ਦੇ ਨਾਲ ਹੀ ਜਿਹੜੀ ਗੱਲ ਜੁੜੀ ਹੋਈ ਹੈ, ਜਿਹੜਾ ਕਿ ਸੋਨੀਆ ਗਾਂਧੀ ਜਿਹੜੀ ਕਾਂਗਰਸ ਦੀ ਕਰਤਾ ਧਰਤ ਹੈ ਇਸ ਵਕਤ, ਉਸ ਦੇ ਉੱਪਰ ਜਿਹੜਾ ਕੇਸ ਪਾਇਆ ਗਿਆ ਸੀ ਯੂਐਸ ਦੀ ਕੋਰਟ ਦੇ ਅੰਦਰ, ਉਹਦੇ ਬਾਰੇ ਥੋੜੀ ਬਹੁਤੀ ਜਿਹੜੀ ਹੈ ਡਿਟੇਲ ਦਿਓ ਕਿ ਉਹ ਕੀ ਚੱਲ ਰਿਹਾ ਜੀ। ਦੇਖੋ, ਸਿੱਖ ਫਾਰ ਜਸਟਿਸ ਜਿਹੜੀ ਇੱਕ ਮਨੁੱਖੀ ਅਧਿਕਾਰ ਸੰਸਥਾ ਹੈ, ਤੇ ਜਿਹੜੀ ਕਿ ਅਸੀਂ 5 ਨਵੰਬਰ 2007 ਨੂੰ ਜਦੋਂ ਇਹ ਸੰਘਰਸ਼ ਡੇ ਟੂ ਡੇ ਸ਼ੁਰੂ ਕੀਤਾ, ਭਾਵੇਂ ਕਿ ਇਸ ਤੋਂ ਪਹਿਲਾਂ 30 ਅਕਤੂਬਰ 1984 ਨੂੰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸ ਤੋਂ ਤੁਰੰਤ ਬਾਅਦ ਜਿਹੜਾ ਕਤਲੇਆਮ ਨਸਲਕੁਸ਼ੀ ਸਿੱਖ ਕੌਮ ਦੀ ਕੀਤੀ ਗਈ, ਉਸ ਦੇ ਉੱਪਰ ਲਗਾਤਾਰ ਜਦੋਂ ਜਦ ਚੱਲਦੀ ਆ ਰਹੀ ਸੀ ਸਾਡੀ। ਲੇਕਿਨ 5 ਨਵੰਬਰ 2007 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕਰਕੇ ਇਹ ਫੈਸਲਾ ਲਿਆ ਗਿਆ ਕਿ ਹੁਣ ਹਰ ਦਿਨ ਮਨੀਟਰਿੰਗ ਕੀਤੀ ਜਾਵੇਗੀ ਇਹਨਾਂ ਸਾਰੇ ਕੇਸਾਂ ਦੀ, ਜਿਸ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਕਾਂਗਰਸ ਆਈ ਸ਼ਾਮਿਲ ਏ, ਔਰ ਜਿਸਨੇ ਇੱਕ ਯੋਜਨਾਬੱਧ ਢੰਗ ਦੇ ਨਾਲ ਪਹਿਲਾਂ 6 ਜੂਨ 1984 ਨੂੰ ਸਿੱਖਾਂ ਦਾ ਕਤਲੇਆਮ ਕਰਾਇਆ, ਫਿਰ ਨਵੰਬਰ 1984 ਨੂੰ ਸਿੱਖਾਂ ਦਾ ਕਤਲੇਆਮ ਕਰਾਇਆ, ਤੇ ਫਿਰ ਲਗਾਤਾਰ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਔਰ ਈਵਨ ਬੱਚਿਆਂ ਤੇ ਜਿਹੜੀਆਂ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸੋ ਉਸ ਲਈ ਸਿੱਧੇ ਰੂਪ ਦੇ ਵਿੱਚ ਜਿਹੜੀ ਇਹ ਕਾਂਗਰਸ ਜ਼ਿੰਮੇਵਾਰ ਏ, ਤਾਂ ਇਸ ਨੂੰ ਨੰਗਿਆਂ ਕਰਨ ਵਾਸਤੇ, ਦੁਨੀਆਂ ਨੂੰ ਦੱਸਣ ਵਾਸਤੇ, ਇਹ ਕੋਈ ਦੰਗੇ ਨਹੀਂ ਸੀ, ਕੋਈ ਫਸਾਦ ਨਹੀਂ ਸੀ, ਇਹ ਸਿੱਖਾਂ ਦਾ ਇੱਕ ਯੋਜਨਾਬੱਧ ਢੰਗ ਨਾਲ ਕਤਲੇਆਮ ਸੀ। ਸੋ ਉਸ ਨੂੰ ਲੈ ਕੇ ਜਿਹੜੀ ਅਸੀਂ ਜਦੋਂ ਜਦ ਕਰਦੇ ਆ ਰਹੇ ਸੀ, ਤਾਂ ਉਸ ਦੇ ਵਿੱਚ ਜਦੋਂ ਹਿੰਦੁਸਤਾਨ ਦੇ ਅੰਦਰ ਜਿਹੜਾ ਜੁਡੀਸ਼ਰੀ ਸਿਸਟਮ ਏ, ਉਸ ਦੇ ਵਿੱਚ ਅਸੀਂ ਹਰ ਉਸ ਜਗ੍ਹਾ ਤੇ ਗਏ, ਜਿਹੜੀਆਂ ਲੋਅਰ ਕੋਰਟਾਂ ਤੋਂ ਲੈ ਕੇ ਹਾਈ ਕੋਰਟ, ਸੁਪਰੀਮ ਕੋਰਟ, ਤੇ ਇਸ ਦੇ ਪੈਰਲਲ ਅਸੀਂ ਇਹ ਸੋਚਿਆ ਕਿ ਜਿਹੜੀ ਮਨੁੱਖੀ ਅਧਿਕਾਰ ਸੰਸਥਾ ਸਿੱਖ ਫਾਰ ਜਸਟਿਸ, ਜਿਹਦਾ ਕੰਮ ਏ ਇਹ ਅਮੈਰੀਕਾ, ਕਨੇਡਾ, ਵੱਖ ਵੱਖ ਦੇਸ਼ਾਂ ਦੇ ਵਿੱਚ ਜਿਹੜੀ ਕੌਮ ਨੂੰ ਜਾਗਰਿਤ ਕਰਨਾ, ਤੇ ਉਹ ਕਾਨੂੰਨੀ ਢੰਗ ਤਰੀਕਿਆਂ ਦੇ ਨਾਲ ਜਦੋਂ ਜਦ ਕਰਨੀ। ਸੋ ਉਸ ਵੱਲੋਂ ਜਿਹੜੀ ਇਹ ਆਪਣੇ ਇਹਨਾਂ ਦੇ ਕੱਲਾ ਸੋਨੀਆ ਗਾਂਧੀ ਦੇ ਉੱਤੇ ਨੀ ਪਾਇਆ ਗਿਆ, ਪੂਰੀ ਕਾਂਗਰਸ ਪਾਰਟੀ ਦੇ ਉੱਪਰ ਪਾਇਆ ਗਿਆ, ਕਮਲਨਾਥ ਦੇ ਉੱਪਰ ਪਾਇਆ ਗਿਆ, ਔਰ ਆਪਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਉੱਪਰ ਪਾਇਆ ਗਿਆ। ਸੋ ਉਹਨਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਜੋ ਵੀ ਕਾਨੂੰਨੀ ਪ੍ਰਕਿਰਿਆ ਹੈਗੀ ਸੀ ਉਹ ਕੀਤੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਅੱਜ ਸੱਚ ਸਾਬਿਤ ਹੋਇਆ ਜਦੋਂ ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਕੁਝ ਕਾਂਗਰਸ ਦੇ ਲੀਡਰ ਸਾਡੇ ਇਨਵੋਲਵ ਸੀ। ਸੋ ਕਾਂਗਰਸ ਦੇ ਉਪ ਪ੍ਰਧਾਨ ਔਰ ਗਾਂਧੀ ਵੰਸ਼ ਦੇ ਜਿਹੜੇ ਉਹ ਨੌਜਵਾਨ ਆਗੂ ਰਾਹੁਲ ਗਾਂਧੀ, ਉਹ ਜਦੋਂ ਇਹ ਮੰਨ ਚੁੱਕੇ ਆ, ਤੇ ਇਹਦਾ ਮਤਲਬ ਇਹ ਆ ਕਿ ਜੋ ਅਸੀਂ ਐਲੀਗੇਸ਼ਨ ਲਾਏ ਸੀ ਉਹ ਬਿਲਕੁਲ ਸੱਚ ਸਾਬਿਤ ਹੋਏ ਨੇ, ਔਰ ਜਿਹੜੇ ਐਲੀਗੇਸ਼ਨ ਫੈਡਰਲ ਕੋਰਟ ਦੇ ਵਿੱਚ ਅਮੈਰੀਕਾ ਅੰਦਰ ਦਾਖਲ ਕੀਤੇ ਗਏ ਨੇ ਇਹ ਕਾਂਗਰਸ ਪਾਰਟੀ ਦੇ ਖਿਲਾਫ਼, ਸੋਨੀਆ ਗਾਂਧੀ ਦੇ ਖਿਲਾਫ਼, ਕਮਲਨਾਥ ਦੇ ਖਿਲਾਫ਼, ਤੇ ਉਹ ਅੱਜ ਬਿਲਕੁਲ ਸੱਚਾਈ ਦੇ ਨੇੜੇ ਢੁੱਕਦੇ ਨੇ। ਕੁੱਝ ਲੋਕ ਕਹਿੰਦੇ ਸੀ ਕਿ ਤੁਸੀਂ ਜੀ ਐਵੇਂ ਫੈਡਰਲ ਕੋਰਟਾਂ 'ਚ ਜਾ ਰਹੇ ਹੋ ਜਾਂ ਇੱਧਰ ਉੱਧਰ ਤੁਸੀਂ ਪਾ ਰਹੇ ਹੋ। ਸੋ ਉਹਨਾਂ ਨੂੰ ਇੱਕ ਕਰਾਰਾ ਜਵਾਬ ਮਿਲਿਆ। ਅੱਜ ਇੱਥੇ ਇੱਕ ਜਿਹੜਾ ਡਰਾਮਾ ਰਚਿਆ ਜਾ ਰਿਹਾ ਜੀ, ਅਸੀਂ ਘਿਰਾਓ ਕਰਾਂਗੇ ਰਾਹੁਲ ਗਾਂਧੀ ਦੇ ਘਰ ਦਾ, ਅਸੀਂ ਘਿਰਾਓ ਕਰਦੇ ਹਾਂ ਕਾਂਗਰਸ ਪਾਰਟੀ ਦੇ ਲੀਡਰਾਂ ਦਾ, ਉਹ ਨਾਮ ਦੱਸਣ ਤੇ। ਅਸੀਂ ਤਾਂ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨਾਵਾਂ ਦੀ ਬਕਾਇਦਾ ਲਿਸਟ ਵੀ ਜਾਰੀ ਕੀਤੀ, ਅੱਜ ਫਿਰ ਦੁਬਾਰਾ ਸਾਰਾ ਕਾਂਗਰਸ ਦੇ ਸੀਨੀਅਰ ਆਗੂਆਂ ਦੀ, ਜਿਹਦੇ ਵਿੱਚ ਐਚ ਕੇ ਐਲ ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਜਿੰਨੇ ਵੀ ਹੈਗੇ ਨੇ, ਇਹਨਾਂ ਸਾਰਿਆਂ ਦੀ ਅੱਜ ਇੱਕ ਲਿਸਟ ਜਿਹੜੀ ਉਹ ਦੁਬਾਰਾ ਫਿਰ ਜਾਰੀ ਕੀਤੀ ਹੈ। ਤੇ ਜਿਹੜੀ ਅਸਲ ਮੰਗ ਏ ਉਸ ਵੱਲ ਆਉਂਦੇ ਨੀ ਕਿ ਇਹ ਜਿਹੜੇ ਦੋਸ਼ੀ ਨੇ
ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਿਵੇਂ ਕੀਤੀ ਜਾਵੇ, ਉਸ ਵੱਲ ਕੋਈ ਧਿਆਨ ਨਹੀਂ ਗਾ। ਇੱਕ ਦਿਨ ਵੀ ਜਿਹੜੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਨੇ ਜਾਂ ਰਾਜ ਸਭਾ ਦੇ ਮੈਂਬਰ ਨੇ ਜਾਂ ਪੰਜਾਬ ਵਿਧਾਨ ਸਭਾ ਦੇ ਜਿੰਨੇ ਲੈਜਿਸਲੇਟਿਵ ਮੈਂਬਰ ਹੈਗੇ ਨੇ, ਕਿਸੇ ਨੇ ਇੱਕ ਦਿਨ ਵੀ ਆਣ ਕੇ ਦਿੱਲੀ ਦੇ ਵਿੱਚ ਧਰਨਾ ਨਹੀਂ ਦਿੱਤਾ। ਲੇਕਿਨ ਹੁਣ ਕਿਉਂਕਿ ਮੀਡੀਆ ਦੇ ਵਿੱਚ ਇੱਕ ਚਰਚਾ ਚੱਲ ਰਹੀ ਹੈ ਤੇ ਆਪਣੀਆਂ ਫੋਟੋ ਆਪਣਾ ਉਹ ਇੱਕ ਮੁੱਦਾ ਜਿਹੜਾ ਉਹਨੂੰ ਅੱਗੇ ਕਰਨ ਵਾਸਤੇ ਕਿ ਇਹ ਕਿਤੇ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਨਾ ਆ ਜਾਵੇ, ਉਹਦੇ ਤੇ ਜਿਹੜੀ ਇੱਕ ਹੋਸ਼ੀ ਪੋਲਿਟਿਕਸ ਜਿਹੜੀ ਉਹ ਕੀਤੀ। ਨੋ ਡਾਊਟ ਕਿ ਕਾਂਗਰਸ ਸਿੱਧੇ ਤੌਰ ਤੇ ਇਹਦੇ ਨਾਲ ਜ਼ਿੰਮੇਵਾਰ ਹੈ, ਕਿਉਂਕਿ ਕਮਲਨਾਥ ਵਰਗੇ ਨੇ ਤੁਸੀਂ ਨਾਂ ਲਏ ਨੇ ਜੀ, ਗਿਰੀਸ਼ ਟਾਈਟਲਰ, ਐਚ ਕੇ ਐਲ ਭਗਤ ਔਰ ਹੋਰ ਵੀ ਉਹਨਾਂ ਦੇ ਜਿਹੜੇ ਕਾਫੀ ਜਿਹੜੇ ਕਾਂਗਰਸ ਨਾਲ ਧਰਮਦਾਸ ਸ਼ਾਸਤਰੀ, ਇੱਕ ਪੂਰੀ ਲਿਸਟ ਹੈ ਉਹ ਅੱਜ ਮੈਂ ਸਾਰੀ ਜਾਰੀ ਕੀਤੀ ਔਰ 177 ਉਹਨਾਂ ਬੰਦਿਆਂ ਦੇ ਨਾਮ ਵੀ ਜਾਰੀ ਕੀਤੇ ਆ ਜਿਹੜੇ ਬਲਾਕ ਪੱਧਰ ਦੇ ਸੀ, ਜਿਹੜੇ ਵਾਰਡ ਪੱਧਰ ਦੇ ਸੀ, ਉਹਨਾਂ ਦੇ ਮੇਨ ਵਲੰਟੀਅਰ ਸੀ, ਕੋਈ ਬਲਾਕ ਦਾ ਪ੍ਰਧਾਨ ਸੀ, ਕੋਈ ਵਾਈਸ ਪ੍ਰਧਾਨ ਸੀ। ਔਰ ਸਭ ਤੋਂ ਹੈਰਾਨੀਜਨਕ ਤੱਤ ਜਿਹੜੇ ਅਸੀਂ ਸਾਹਮਣੇ ਲੈਂਦੇ ਨੇ ਉਹ ਇਹ ਨੇ ਕਿ ਇਸ ਦੇ ਵਿੱਚ ਆਰ ਐਸ ਐਸ ਤੇ ਬੀਜੇਪੀ ਦੇ ਵੀ ਕਈ ਬੰਦੇ ਇਨਵੋਲਵ ਨੇ, ਉਹਨਾਂ ਦੇ ਬਕਾਇਦਾ ਅਸੀਂ ਨਾਮ ਜਿਹੜੇ ਅੱਜ ਮੀਡੀਆ ਦੇ ਵਿੱਚ ਜਾਰੀ ਕੀਤੇ ਜਿਹੜਾ ਉਸ ਟਾਈਮ ਦਾ ਪ੍ਰਧਾਨ ਸੀ ਰਾਜੀਵ ਗਾਂਧੀ ਵੱਲੋਂ, ਉਹਦਾ ਸਾਰਾ ਨੂੰ ਆਪਾਂ ਨੂੰ ਪਤਾ ਹੈ ਕਿ ਉਹਦੇ ਇੱਕ ਬਿਆਨ ਦੇ ਨਾਲ ਕਿਸ ਤਰ੍ਹਾਂ ਇਹ ਸਾਰਾ ਕੁਝ ਸਟਾਰਟ ਹੁੰਦਾ। ਤੇ ਔਰ ਦੂਸਰੀ ਗੱਲ ਜਿਹੜੀ ਤੁਸੀਂ ਹੁਣ ਮੈਂਸ਼ਨ ਕੀਤੀ ਹੈ ਬੀਜੇਪੀ ਔਰ ਜਿਹੜਾ ਆਰ ਐਸ ਐਸ ਉਹਦੇ ਵਿੱਚ ਇਨਵੋਲਵ, ਤੁਸੀਂ ਉਹਦੇ ਵੀ ਪ੍ਰੂਫ ਕਾਰਡ ਲੈ ਕੇ ਆਉਂਦੇ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦੇਖੋ ਜੀ, 20-25 ਸਾਲ ਇਹੀ ਆਪਾਂ ਨੂੰ ਪਤਾ ਨੀ ਲੱਗਿਆ ਕਿ ਦੰਗੇ ਸੀ ਕਿ ਨਹੀਂ ਦੰਗੇ ਸੀ, ਕਿ ਕੀ ਹੋਇਆ ਕੀ ਨਹੀਂ ਹੋਇਆ। ਤਾਂ ਸਿੱਖ ਫਾਰ ਜਸਟਿਸ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਪੂਰੀ ਦੁਨੀਆਂ ਨੂੰ ਦੱਸਿਆ ਹੈ ਕਿ ਦੰਗੇ ਨਹੀਂ, ਇਹ ਜੈਨੋਸਾਈਡ ਸੀ। ਅੱਜ ਬਾਹਰਲੇ ਮੁਲਕਾਂ ਵਿੱਚ ਹਰ ਇੱਕ ਸਿੱਖ ਦੀ ਜ਼ੁਬਾਨ ਤੇ ਆਪਣੇ ਆਪ ਇਹ ਜੈਨੋਸਾਈਡ ਨਸਲਕੁਸ਼ੀ ਜਿਹੜਾ ਵਰਡ ਆ ਜਾਂਦਾ ਹੈ, ਪਰ ਹਿੰਦੁਸਤਾਨ ਦੇ ਵਿੱਚ ਅੱਜ ਵੀ ਇਸ ਨੂੰ ਦੰਗਿਆਂ ਦੇ ਤੌਰ ਤੇ ਕਾਫੀ ਲੀਡਰਾਂ ਦੇ ਮੂੰਹੋਂ ਵੀ ਅਸੀਂ ਸੁਣਦੇ ਹਾਂ। ਤੇ ਜਾਂ ਉਹਨਾਂ ਦੀ ਕੋਈ ਅੰਦਰ ਇਸ ਤਰ੍ਹਾਂ ਦੀ ਕਈ ਵਾਰ ਜਿਸ ਤਰ੍ਹਾਂ ਤੁਸੀਂ ਉਹਨੇ ਗੱਲ ਕੀਤੀ ਹੈ ਬਾਦਲ ਅਕਾਲੀ ਦਲ ਦੀ, ਕਿ ਉਹਨਾਂ ਦੀ ਇੱਕ ਪੋਲੀਟੀਕਲ ਗੇਮ ਹੁੰਦੀ ਹੈ ਕਿ ਉਹ ਇਲੈਕਸ਼ਨ ਦੇ ਟਾਈਮ ਇਸ ਨੂੰ ਕਿਸ ਤਰ੍ਹਾਂ ਉਹਨਾਂ ਨੇ ਉਭਾਰਨਾ ਹੈ, ਕਿਸ ਤਰ੍ਹਾਂ ਆਪਣੇ ਵਿਰੋਧੀ ਪਾਰਟੀਆਂ ਦੇ ਉੱਪਰ ਵਾਰ ਕਰਨਾ। ਪਰ ਜਿਹੜੀ ਰਿਐਲਿਟੀ ਹੁੰਦੀ ਆ ਉਹ ਤੋਂ ਉਹ ਭੱਜਦੇ ਨੇ, ਔਰ ਦੂਸਰੀ ਰਿਐਲਿਟੀ ਦੀ ਕੋਈ ਬਹੁਤੀ ਆਪਾਂ ਨੂੰ ਉਮੀਦ ਵੀ ਨਹੀਂ ਹੈ ਹਿੰਦੁਸਤਾਨ ਦੇ ਅੰਦਰ, ਕਿਉਂਕਿ ਕਾਂਗਰਸ, ਬੀਜੇਪੀ ਔਰ ਜਿੰਨੀਆਂ ਵੀ ਪਾਰਟੀਆਂ ਤੋਂ ਬਾਅਦ ਅਗਰ ਅਸੀਂ ਜੁਡੀਸ਼ਰੀ ਨੂੰ ਵੀ ਦੇਖਦੇ ਹਾਂ ਜਾਂ ਪੁਲਿਸ ਪ੍ਰਸ਼ਾਸਨ ਨੂੰ ਦੇਖਦੇ ਹਾਂ ਜਾਂ ਮਿਲਟਰੀ ਨੂੰ ਦੇਖਦੇ ਹਾਂ, ਉਹਨਾਂ ਦਾ ਵੀ ਉਹੀ ਰੋਲ ਰਿਹਾ ਜੋ ਅਸੀਂ ਇਹ ਕਾਂਗਰਸ ਵਾਲਿਆਂ ਦੀ ਗੱਲ ਕਰਦੇ ਹਾਂ, ਕਿਉਂਕਿ 30 ਸਾਲ ਹੋ ਗਏ ਆ, ਠੀਕ ਆ ਉਹਨਾਂ ਨੇ ਕੀਤਾ, ਪਰ ਉਹਨਾਂ ਨੂੰ ਸਜਾਵਾਂ ਕਿਉਂ ਨਹੀਂ? ਇਹ ਸਾਰੇ ਰਲੇ ਮਿਲੇ ਨੇ ਹਿੰਦੁਸਤਾਨ ਦੇ ਅੰਦਰ, ਆਪਾਂ ਨੂੰ ਕੋਈ ਬਹੁਤੀ ਜਿਹੜੀ ਉਮੀਦ ਨਹੀਂ ਜਾਗਦੀ। ਪਰ ਜਿਸ ਤਰ੍ਹਾਂ ਸਿੱਖ ਫਾਰ ਜਸਟਿਸ ਵੱਲੋਂ ਔਰ ਤੁਹਾਡੇ ਸਹਿਯੋਗ ਦੇ ਨਾਲ US ਦੇ ਅੰਦਰ ਇਹ ਕੇਸ ਲੈ ਕੇ ਆਉਂਦਾ ਔਰ ਦੁਨੀਆਂ ਨੂੰ ਪਤਾ ਲੱਗ ਰਿਹਾ, ਇਹ ਬੜੀ ਚੰਗੀ ਗੱਲ ਆ। ਔਰ ਮੈਂ ਤੁਹਾਨੂੰ ਇੱਕ ਕੁਐਸਚਨ ਜਿਹੜਾ ਪੁੱਛਣਾ ਚਾਹੂੰਗਾ, ਜਿਹੜਾ ਰਾਹੁਲ ਗਾਂਧੀ ਨੇ ਉਹਨਾਂ ਨੇ ਇਹਦੇ ਬਾਰੇ ਕਿਹਾ ਹੈ ਕਿ ਇਹਦੇ ਵਿੱਚ ਇਨਵੋਲਵ ਸੀ ਜਾਂ ਕੀ ਸੀ, ਉਹਨਾਂ ਨੇ ਆਪਣੇ ਮੂੰਹੋਂ ਕੋਈ ਸ਼ਬਦ ਨਸਲਕੁਸ਼ੀ ਜੈਨੋਸਾਈਡ ਵਰਤਿਆ ਜਾਂ ਉਹ ਸਟਿਲ ਹਜੇ ਵੀ ਇਸ ਨੂੰ ਦੰਗੇ ਕਰੇ ਨੇ? ਦੇਖੋ ਜੀ, ਉਹਨਾਂ ਨੇ ਤਾਂ ਦੰਗੇ ਕਹਿਣਾ ਹੈ, ਸਾਡੇ ਆਪਣੇ ਬੰਦੇ ਜਿਹਨਾਂ ਨੂੰ ਮੈਂ ਸਮਝਣਾ ਕਿ ਪਤਾ ਨੀ ਉਹ ਜਾਣ ਬੁੱਝ ਕੇ ਨਾ ਸਮਝਣੇ। ਪਿਛਲੇ ਦਿਨੀ ਇੱਕ ਟੀਵੀ ਟਾਕ ਹੋ ਰਹੀ ਸੀ, ਉਸ ਦੇ ਵਿੱਚ ਜਿਹੜੇ ਸਾਡੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਮਨਜੀਤ ਸਿੰਘ ਜੀ ਕੇ, ਉਹ ਇਹਨੂੰ ਦੰਗੇ ਬੋਲ ਰਹੇ ਸੀ। ਔਰ ਇਸ ਤਰ੍ਹਾਂ ਇਹ ਆਮ ਸ਼ਬਦ ਜਿਹੜਾ ਹੈ, ਇਹ ਉਹ ਦੰਗੇ ਸ਼ਬਦ ਇਹਨਾਂ ਵੱਲੋਂ ਵਰਤਿਆ ਜਾਂਦਾ, ਤਾਂ ਉਹ ਤਾਂ ਇਹਨੂੰ ਦੰਗੇ ਹੀ ਕਹਿੰਦੇ ਆ ਨਾ, ਜਿਹੜਾ ਹਿੰਦੁਸਤਾਨ ਦਾ ਮੀਡੀਆ ਹੈ। ਹਾਲਾਂਕਿ ਉਸਦੇ ਮੂੰਹ ਦੇ ਵਿੱਚ ਅਸੀਂ ਇਹ ਦੁਬਾਰਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਅਕਾਲ ਤਖ਼ਤ ਸਾਹਿਬ ਤੋਂ ਬਕਾਇਦਾ ਇਸਦਾ ਹੁਕਮਨਾਮਾ ਜਾਰੀ ਕੀਤਾ ਗਿਆ, ਕੌਮ ਦੇ ਨਾਮ ਆਦੇਸ਼ ਜਾਰੀ ਕੀਤਾ ਗਿਆ, ਜਥੇਦਾਰ ਜਗਿੰਦਰ ਸਿੰਘ ਵਿਦਾਂਤੀ ਜੀ ਨੇ ਉਹ ਜਿਹੜਾ ਆਦੇਸ਼ ਜਿਹੜਾ ਜਾਰੀ ਕੀਤਾ 2008 ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਬਕਾਇਦਾ ਸਾਡੇ ਨੂੰ ਦੋਨਾਂ ਜਥੇਬੰਦੀਆਂ ਨੂੰ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਸਿੱਖ ਫਾਰ ਜਸਟਿਸ ਨੂੰ ਇਹ ਗੱਲ ਕਹੀ ਕਿ ਨਸਲਕੁਸ਼ੀ ਦੇ ਸਮੁੱਚੇ ਤੱਥ ਅੰਕੜੇ ਜਿਹੜੇ ਆ ਤੁਸੀਂ ਸਾਹਮਣੇ ਲੈ ਕੇ ਆਓ। ਔਰ ਉਹਨਾਂ ਦੇ ਆਦੇਸ਼ ਤੋਂ ਬਾਅਦ ਹੀ ਅਸੀਂ ਹੌਂਦ ਚਿੱਲੜ ਪਹੁੰਚੇ, ਜਿੱਥੇ ਕਿ 32 ਸਿੱਖਾਂ ਨੂੰ ਜਿੰਦਾ ਜਲਾਇਆ ਗਿਆ, ਪੂਰਾ ਪਿੰਡ ਜਿਹੜਾ ਤਬਾਹ ਕਰ ਦਿੱਤਾ ਗਿਆ। ਅੱਜ ਵੀ ਖੰਡਰ ਜਿਹੜੇ ਆ ਉਹ ਇਸ ਜਿਉਂਦੇ ਜਾਗ ਦੀ ਮਿਸਾਲ ਵਜੋਂ ਕਾਇਮ ਨੇ। ਔਰ ਵੱਖ ਵੱਖ ਇਲਾਕਿਆਂ ਦੇ ਵਿੱਚ ਬਕਾਰੋ, ਕਾਨਪੁਰ, ਹਰਿਆਣਾ ਦੇ ਪਟੌਦੀ, ਰਵਾੜੀ, ਈਵਨ ਇੱਧਰ ਜੰਮੂ ਕਸ਼ਮੀਰ ਦੇ ਵਿੱਚ ਰਿਆਸੀ, ਤਲਵਾੜਾ, ਹਿੰਦੁਸਤਾਨ ਦੀਆਂ 18 ਸਟੇਟਾਂ ਦੇ ਵਿੱਚ, 110 ਵੱਡੇ ਸ਼ਹਿਰਾਂ ਦੇ ਵਿੱਚ ਇਸ ਕਤਲੇਆਮ ਦਾ ਜਿਹੜਾ ਤਰੀਕਾ ਇੱਕੋ ਇੱਕ ਤਰੀਕਾ ਸੀ, ਕੈਰੋਸੀਨ ਔਰ ਪਾਊਡਰ ਜਿਹੜਾ ਚਿੱਟਾ ਸੀ ਉਹ ਲੈ ਕੇ ਉਹਦੀ ਵਰਤੋਂ ਕੀਤੀ ਗਈ, ਰਾੜਾ ਦੀ ਵਰਤੋਂ ਕੀਤੀ ਗਈ। ਉਹ ਜੋ ਘਟਨਾਕ੍ਰਮ ਰਾਜਧਾਨੀ ਦਿੱਲੀ ਦੇ ਵਿੱਚ ਹੋਇਆ ਉਹੋ ਹੀ ਵੱਖ ਵੱਖ ਰਾਜਾਂ ਦੇ ਵਿੱਚ ਹੋਇਆ। ਔਰ ਬਕਾਇਦਾ ਕਾਂਗਰਸ ਆਈ ਦੇ ਜਿਹੜੇ ਸੀਨੀਅਰ ਲੀਡਰ ਸੀ ਉਹ ਮੌਤ ਦੀ ਅਗਵਾਈ ਕਰਦੇ ਸੀ,
ਇਸ ਕਰਕੇ ਅਸੀਂ ਇਹ ਗੱਲ ਕਹੀ ਕਿ ਇਸ ਕਤਲੇਆਮ ਵਿੱਚ ਕੇਵਲ ਸਿੱਖ ਸ਼ਿਕਾਰ ਹੋਏ ਨੇ, ਇੱਥੇ ਨਾ ਤਾਂ ਕੋਈ ਹਿੰਦੂ ਦਾ ਕੋਈ ਨੁਕਸਾਨ ਹੋਇਆ, ਨਾ ਮੁਸਲਮਾਨ ਦਾ, ਨਾ ਈਸਾਈ ਦਾ। ਇਸ ਕਰਕੇ ਇਹਨੂੰ ਤੁਸੀਂ ਦੰਗੇ ਕਿਵੇਂ ਕਹਿੰਦੇ ਹੋ? ਦੰਗੇ ਹੁੰਦੇ ਆ ਕਿ ਦੋ ਧਰਮ, ਦੋ ਫਿਰਕੇ ਜਾਂ ਦੋ ਕੋਈ ਵੱਖ ਵੱਖ ਲੋਕ ਜਿਹੜੇ ਗਰੁੱਪਾਂ ਦੇ ਵਿੱਚ ਲੜਦੇ ਹੋਣ, ਝਗੜਾ ਕਰਦੇ ਹੋਣ, ਦੋਨਾਂ ਧਿਰਾਂ ਦਾ ਨੁਕਸਾਨ ਹੋਇਆ ਹੋਵੇ, ਉਹਨੂੰ ਆਪਾਂ ਦੰਗਾ ਫਸਾਦ ਕਹਿ ਸਕਦੇ ਹਾਂ। ਤੇ ਇਹ ਆਪਣੇ ਆਪ ਵਿੱਚ ਇੱਕ ਯੋਜਨਾਬੱਧ ਢੰਗ ਦਾ ਨਾਲ ਕਤਲੇਆਮ ਸੀ, ਔਰ ਉਸ ਕਤਲੇਆਮ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਖੁਦ 2733 ਦਾ ਅੰਕੜਾ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਕਾਂਗਰਸ ਦੇ ਜਿਹੜੀ ਰਾਜ ਦੇ ਅੰਦਰ ਹੀ, ਬੀਜੇਪੀ ਦੇ ਰਾਜ ਅੰਦਰ ਹੀ ਜਿਹੜਾ ਨਾਨਾਵਾਦੀ ਕਮਿਸ਼ਨ ਗਠਿਤ ਕੀਤਾ ਗਿਆ ਸੀ, ਉਸ ਕਮਿਸ਼ਨ ਨੇ 2733 ਲੋਕਾਂ ਦੇ ਨਾਮ ਆਈਡੈਂਟੀਫਾਈ ਕੀਤੇ ਔਰ ਉਹਨਾਂ ਨੂੰ ਬਕਾਇਦਾ ਜਿਹੜਾ ਡਾਕਟਰ ਮਨਮੋਹਨ ਸਿੰਘ ਵੱਲੋਂ ਇੱਕ ਰਾਸ਼ੀ ਅਨਾਊਂਸ ਕੀਤੀ ਗਈ ਸੀ ਕਿ ਇਹਨਾਂ ਨੂੰ ਆਪਣੇ 714 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਉਹ ਵੰਡੀ ਜਾਵੇਗੀ। ਬਕਾਇਦਾ ਉਹ ਆਪ ਮੰਨ ਚੁੱਕੇ ਨੇ, ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਗਾਓ ਅੱਖਾਂ ਮੀਟ ਕੇ ਤੇ ਅੰਤਰ ਧਿਆਨ ਹੋ ਕੇ ਕਿ 2733 ਲੋਕ ਵੀ ਇੱਕ ਜਗ੍ਹਾ ਤੇ ਇਕੱਠੇ ਕਰ ਲਓ ਤੇ ਉਹਨਾਂ ਦਾ ਅਕੱਠ ਜਿਹੜਾ ਇੱਕ ਰੈਲੀ ਦਾ ਰੂਪ ਬਣ ਜਾਂਦਾ। ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਚਿੱਟੇ ਦਿਨ ਜਿੱਥੇ ਸੁਪਰੀਮ ਕੋਰਟ, ਹਾਈ ਕੋਰਟ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਔਰ ਵੱਖ ਵੱਖ ਰਾਜਾਂ ਦੇ ਜਿਹੜੇ ਆ ਵਿਦੇਸ਼ੀ ਰਾਜਦੂਤ ਜਿਹੜੇ ਆ ਉਹਨਾਂ ਦੀਆਂ ਅੰਬੈਸੀਆਂ ਹੋਣ, ਉਸ ਰਾਜਧਾਨੀ ਦੇ ਅੰਦਰ ਚਿੱਟੇ ਦਿਨ 3 ਦਿਨ ਸਿੱਖਾਂ ਦਾ ਅੰਨੇਵਾਹ ਕਤਲੇਆਮ ਹੁੰਦਾ ਰਿਹਾ ਹੋਵੇ, ਕਿਸੇ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ, ਕਿਸੇ ਦੀ ਡੈਡ ਬੋਡੀ ਨਹੀਂ ਦਿੱਤੀ ਗਈ, ਇਹ ਆਪਣੇ ਆਪ ਵਿੱਚ ਇੱਕ ਇੰਨੀ ਭਿਆਨਕ ਕਰੂਰਤਾ ਵਾਲੀ ਕਾਰਵਾਈ ਸੀ ਜਿਸ ਨੂੰ ਯਾਦ ਕਰਦਿਆਂ ਹੋਇਆ ਤ੍ਰਿਪਕ ਜਾਈਦਾ। ਮੈਨੂੰ ਹਿੰਦੁਸਤਾਨ ਦੇ ਵਿੱਚ ਤਾਂ ਨਹੀਂ ਪਤਾ ਕਿ ਕਿੰਨਾ ਕੁ ਇਸ ਦੇ ਨਾਲ ਲੋਕਾਂ ਦੇ ਉੱਪਰ ਅਸਰ ਪਿਆ, ਜ਼ਰੂਰ ਪਿਆ ਹੋਊਗਾ। ਔਰ ਅਸੀਂ ਜਦੋਂ ਪਿਛਲੇ ਟਾਈਮ UNO ਦੇ ਵਿੱਚ ਜਿਹੜੇ ਸਿਗਨੇਚਰ ਗਏ ਨੇ, ਕਿੰਨੇ ਲੱਖਾਂ ਦੀ ਤਾਦਾਦ ਵਿੱਚ ਹਿੰਦੁਸਤਾਨ ਤੋਂ ਗਏ ਨੇ, ਉਹਦਾ ਵੀ ਪਤਾ ਲੱਗਦਾ। ਪਰ ਬਾਹਰਲੇ ਦੇਸ਼ਾਂ ਵਿੱਚ ਬਿਲਕੁਲ ਇਸ ਨੂੰ ਪੂਰਾ ਹੰਗਾਰਾ, ਕਿਉਂਕਿ ਪਿਛਲੇ ਟਾਈਮ ਜਦੋਂ ਸਿੱਖ ਫਾਰ ਜਸਟਿਸ ਦੀ ਕਨਵੈਨਸ਼ਨ ਜਿਹੜੀ ਹਰ ਸਾਲ ਹੁੰਦੀ ਹੈ, ਜਦੋਂ ਟੋਰਾਂਟੋ ਵਿੱਚ ਹੋਈ ਤਾਂ ਜਿਹੜਾ ਹਾਲ ਹੈ ਉਹ ਬਹੁਤ ਛੋਟਾ ਪੈ ਗਿਆ, ਉੱਥੇ ਇੰਨਾ ਜ਼ਿਆਦਾ ਇਕੱਠ ਸੀ। ਔਰ ਦੂਸਰੀ ਗੱਲ ਇਹ ਦੇਖਣ ਵਾਲੀ ਹੈ ਕਿ ਬਹੁਤਾ ਉਹ ਹਿੰਦੁਸਤਾਨੀ ਮੀਡੀਆ ਜਿਹੜਾ ਸਾਡੀ ਕੈਨੇਡੀਅਨ ਏਅਰ ਵਿੱਚ ਹੈ, ਉਹਨਾਂ ਵੱਲੋਂ ਇਸ ਕਨਵੈਨਸ਼ਨ ਦੇ ਬਾਰੇ ਵੀ ਓਨੀ ਖੁੱਲ੍ਹ ਕੇ ਜਾਣਕਾਰੀ ਤਾਂ ਕੀ ਦੇਣੀ ਸੀ। ਪੰਨੂ ਸਾਹਿਬ ਨੂੰ ਤਾਂ ਪਹਿਲਾਂ ਵੀ ਇੱਕ ਦੋ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜਿਹਨਾਂ ਨੇ ਅਵਾਇਡ ਕੀਤਾ ਕਿ ਉਹ ਬੋਲਣ, ਨਾ ਲੋਕਾਂ ਤੱਕ ਨਾ ਆਵਾਜ਼ ਜਾਣ ਦਿੱਤੀ, ਪਰ ਫਿਰ ਵੀ ਸੋਸ਼ਲ ਮੀਡੀਆ ਰਾਹੀਂ ਜਾਂ ਲੋਕ ਸਿੱਖ ਫਾਰ ਜਸਟਿਸ ਦੀ ਵੈਬਸਾਈਟ ਨਾਲ ਜੁੜੇ ਹੋਏ ਨੇ, ਕਿਸ ਤਰ੍ਹਾਂ ਆਏ ਨੇ, ਅਸੀਂ ਬਹੁਤ ਹੀ ਵਧੀਆ, ਮੇਰਾ ਖਿਆਲ ਉਹ ਜਿਹੜੀ ਕਨਵੈਨਸ਼ਨ ਜਿਹੜੀ ਹੋਈ ਆ ਲਾਸਟ ਈਅਰ, ਇਹਦੇ ਤੋਂ ਪਤਾ ਲੱਗਦਾ ਕਿ ਲੋਕਾਂ ਨੂੰ ਸਿੱਖ ਫਾਰ ਜਸਟਿਸ ਦੇ ਕੰਮਾਂ ਦਾ ਪਤਾ ਲੱਗ ਰਿਹਾ ਔਰ ਲੋਕ ਸਿੱਖ ਫਾਰ ਜਸਟਿਸ ਜਿਹੜੇ ਗੁਰਪਤਵੰਤ ਸਿੰਘ ਪੰਨੂ ਨੇ, ਜਤਿੰਦਰ ਗਰੇਵਾਲ ਨੇ, ਅਵਤਾਰ ਸਿੰਘ ਪੰਨੂ ਨੇ, ਮਾਸਟਰ ਮਹਿੰਦਰ ਸਿੰਘ ਨੇ, ਸਰਦਾਰ ਜਸਵੀਰ ਸਿੰਘ ਨੇ, ਇਹ ਜਿੰਨੀ ਵੀ ਇੱਕ ਟੀਮ ਹੈਗੀ ਹੈ ਜਿਹਦੇ ਵਿੱਚ ਮੀਡੀਆ ਦੇ ਲੋਕ ਵੀ ਸ਼ਾਮਿਲ ਹੈ, ਤੁਸੀਂ ਖੁਦ ਵੀ ਸ਼ਾਮਿਲ ਹੋ, ਤੇ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਕਿ ਇਹ ਲੋਕ ਸੈਲਫਿਸ਼ ਨਹੀਂ ਹੈਗੇ, ਇਹਨਾਂ ਦਾ ਕੋਈ ਆਪਣਾ ਮੋਟਿਵ ਨਹੀਂ ਹੈਗਾ ਕਿ ਅਸੀਂ, ਇਸੇ ਕਰਕੇ ਨਾਮ ਜਿਹੜਾ ਸਿੱਖ ਫਾਰ ਜਸਟਿਸ ਕੇਵਲ ਨਿਆਂ ਪ੍ਰਣਾਲੀ ਨੂੰ ਜਿਹੜਾ ਚੁਸਤ ਦਰੁਸਤ ਬਣਾਉਣ ਵਾਸਤੇ ਇਹ ਜਥੇਬੰਦੀ ਦਾ ਗਠਨ ਹੋਇਆ ਔਰ ਇਸਦੇ ਚੰਗੇ ਰਿਜ਼ਲਟ ਆਏ ਨੇ ਕਿ ਜਿਹੜਾ ਹਿਟਲਰ ਦਾ ਜ਼ੁਲਮ ਸੀ ਔਰ ਉਸ ਜ਼ੁਲਮ ਨੂੰ ਮਾਤ ਪਾਉਂਦੀ ਘਟਨਾ ਜਿਹੜੀ ਹਿੰਦੁਸਤਾਨ ਆਜ਼ਾਦ ਮੁਲਕ ਦੇ ਅੰਦਰ, ਜਿਹਨੂੰ ਡੈਮੋਕ੍ਰੇਟਿਕ ਮੁਲਕ ਕਿਹਾ ਜਾਂਦਾ, ਉਸ ਮੁਲਕ ਦੇ ਅੰਦਰ ਜਦੋਂ ਇਹ ਘਟਨਾ ਵਾਪਰੀ 6 ਜੂਨ 1984 ਨੂੰ ਜਾਂ ਨਵੰਬਰ 1984 ਨੂੰ, ਜਾਂ ਲਗਾਤਾਰ ਜਿਹੜੀ ਕਿਲਿੰਗ ਹੋਈ ਹੈ ਪੰਜਾਬ ਅੰਦਰ, ਉਸ ਦੇ ਉੱਪਰ ਜਿਹੜਾ ਸਿੱਖ ਫਾਰ ਜਸਟਿਸ ਦਾ ਕੰਮ ਹੈ ਉਹ ਆਪਣੇ ਆਪ ਵਿੱਚ ਤਾਂ ਮਿਸਾਲ ਬਣ ਚੁੱਕਾ, ਕਿਉਂਕਿ ਇਹਦੇ ਵਿੱਚ ਜਿਹੜੀਆਂ ਲੀਡਰੀ ਵਾਲੀਆਂ ਗੱਲਾਂ ਨਹੀਂ ਹੈਗੀਆਂ, ਅਹੁਦੇਦਾਰੀ ਵਾਲੀਆਂ ਗੱਲਾਂ ਨਹੀਂ, ਇਸ ਦੇ ਵਿੱਚ ਕੋਈ ਵੀ ਵਿਅਕਤੀ ਆ ਕੇ ਚੰਗੇ ਢੰਗ ਦੇ ਨਾਲ ਮਨੁੱਖੀ ਹੱਕਾਂ ਹਕੂਕਾਂ ਦੀ ਗੱਲ ਕਰ ਸਕਦਾ ਔਰ ਜੋ ਵਾਇਲੈਂਸ ਹੁੰਦੀ ਹੈ ਜਿਹੜੀ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਜੀਵਨ ਦੇ ਬੁਨਿਆਦੀ ਹੱਕਾਂ ਨੂੰ ਖੋਹਣ ਦਾ, ਉਸ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ, ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸੇ ਕਰਕੇ ਜਥੇਬੰਦੀ ਨੂੰ ਹਰ ਫਰੰਟ ਦੇ ਉੱਤੇ ਬੜਾ ਵੱਡਾ ਹੰਗਾਰਾ ਮਿਲਿਆ। ਜਦੋਂ ਆਪ ਜਨੇਵਾ ਗਏ ਆ, ਮੈਂ ਉੱਥੇ ਨਹੀਂ ਪਹੁੰਚ ਸਕਿਆ, ਲੇਕਿਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਦੋ ਨੌਜਵਾਨ ਉੱਥੇ ਪਹੁੰਚੇ ਸੀ, ਉਹਨਾਂ ਨੇ ਜਿਹੜੀ ਮੈਨੂੰ ਰਿਪੋਰਟ ਦਿੱਤੀ ਔਰ ਜੋ ਮੈਂ ਵੱਖ ਵੱਖ ਟੀਵੀ ਚੈਨਲਾਂ ਤੇ
ਸਿੱਖ ਚੈਨਲ ਤੇ, ਸੰਗਤ ਟੀਵੀ ਤੇ ਜਾਂ ਜਿਹੜੇ ਵੱਖ ਵੱਖ ਰੇਡੀਓ ਸਨ ਉਹਨਾਂ ਦੇ ਥਰੂ ਜੋ ਕੁੱਝ ਮੈਂ ਸੁਣਿਆ ਤੇ ਦੇਖਿਆ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਸੀ ਕਿ ਇੰਨਾ ਯੋਜਨਾਬੰਦ ਢੰਗ ਨਾਲ ਇੰਨੇ ਡਿਸਿਪਲਿਨ ਦੇ ਵਿੱਚ ਸਿੱਖ ਫਾਰ ਜਸਟਿਸ ਵੱਲੋਂ ਜਿਹੜਾ ਆਰਗਨਾਈਜ਼ ਕਰਨਾ ਹੈ ਪ੍ਰੋਗਰਾਮ, ਤੇ ਉਸੇ ਕਰਕੇ ਹੀ ਇਹ ਅੱਜ ਜਿਹੜਾ ਮੁੱਖ ਮੰਤਰੀ ਬਣਿਆ ਅਰਵਿੰਦ ਕੇਜਰੀਵਾਲ, ਇਹ ਉਹਨੂੰ ਮਜਬੂਰਨ ਇਹ ਜਿਹੜਾ ਮੁੱਦਾ ਇਹ ਅੱਜ ਲੈ ਕੇ ਸਾਹਮਣੇ ਆਉਣਾ ਪਿਆ। ਔਰ ਅੱਜ ਐਸ ਆਈ ਟੀ ਦੀ ਗੱਲ ਹੋ ਰਹੀ ਹੈ, ਅੱਜ ਫਾਸਟ ਟਰੈਕ ਦੀ ਗੱਲ ਹੋ ਰਹੀ ਹੈ, ਔਰ ਅੱਜ ਇੰਜ ਲੱਗ ਰਿਹਾ ਕਿ ਜਿਵੇਂ ਕੱਲ੍ਹ ਘਟਨਾ ਵਾਪਰੀ ਹੋਵੇ ਤੇ ਅੱਜ ਅਸੀਂ ਉਹਦੇ ਤੇ ਗੱਲ ਕਰ ਰਹੇ ਹੁੰਦੇ ਹਾਂ ਕਿ ਜਦੋਂ ਕਿ 2007 ਤੋਂ ਪਹਿਲਾਂ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਸੀ ਕਿ ਸਿਰਫ 1 ਨਵੰਬਰ ਨੂੰ ਭਾਰਤੀ ਮੀਡੀਆ 'ਚ ਇੱਕ ਦਿਨ ਕੁੱਝ ਘੰਟੇ ਜਾਂ ਕੁੱਝ ਮਿੰਟੇ ਗੱਲ ਆਉਂਦੀ ਸੀ, ਉਦੋਂ ਵੀ ਜਿਹੜੇ ਪੀੜਿਤ ਪਰਿਵਾਰ ਸਨ ਉਹ ਆਣ ਕੇ ਬੋਰਡ ਕਲੱਬ ਤੇ ਜਾਂ ਇੰਡੀਆ ਗੇਟ ਤੇ ਜਾਂ ਜੰਤਰ ਮੰਤਰ ਤੇ ਧਰਨਾ ਦਿੰਦੇ ਸੀ, ਰੋਸ ਮੁਜ਼ਾਹਰਾ ਕਰਦੇ ਸੀ, ਉਦੋਂ ਬਾਅਦ ਚਲੇ ਜਾਂਦੇ ਸੀ, 1 ਸਾਲ ਚੁੱਪ ਚਾਪ ਹੋ ਜਾਂਦੀ ਸੀ। ਔਰ ਜਿਹੜੇ ਸਾਡੇ ਅਕਾਲੀ ਭਾਈ ਨੇ ਇਹਨਾਂ ਨੇ ਕਦੀ ਵੀ ਇਸ ਮਸਲੇ ਦੇ ਉੱਪਰ ਕਦੀ ਕੋਈ ਸਾਰਥਕ ਕਦਮ ਨਹੀਂ ਸੀ ਚੁੱਕਿਆ, ਕਦੀ ਕੋਈ ਕਮਿਸ਼ਨ ਬਣਾਉਣ ਦੀ ਗੱਲ ਨਹੀਂ ਸੀ ਕੀਤੀ, ਕਦੀ ਇਹਨਾਂ ਨੇ ਪੀੜਿਤ ਪਰਿਵਾਰਾਂ ਦੀ ਸਾਰ ਨਹੀਂ ਸੀ ਲਈ। ਤੇ ਅਸੀਂ ਸਮਝਦੇ ਹਾਂ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖ ਫਾਰ ਜਸਟਿਸ ਨੇ ਮਿਲ ਕੇ ਮੀਡੀਏ ਨਾਲ ਜਾਗਰੂਕ ਲੋਕਾਂ ਦੀ ਸੋਚ ਨੂੰ ਨਾਲ ਲੈ ਕੇ ਜਥੇਬੰਦ ਹੋ ਕੇ ਜਿਹੜੇ ਕਾਰਜ ਕੀਤੇ ਨੇ ਉਹਨਾਂ ਦੇ ਵਿੱਚੋਂ ਇੱਕ ਤਾਂ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਈ ਹੈ ਕਿ ਅਸੀਂ ਇਹਨੂੰ ਨਸਲਕੁਸ਼ੀ ਡਿਕਲੇਅਰ ਕਰਾਉਣ ਦੇ ਵਿੱਚ ਕਾਮਯਾਬ ਹੋਏ ਹਾਂ, ਔਰ ਬਹੁਤ ਜਲਦੀ ਯੂਨਾਈਟਿਡ ਨੇਸ਼ਨ ਵੱਲੋਂ ਵੀ ਇਹ ਆਪਾਂ ਨੂੰ ਇਸ ਦਾ ਸਬੂਤ ਮਿਲ ਜਾਵੇਗਾ। ਔਰ ਦੂਸਰਾ, ਅਸੀਂ ਪੀੜਿਤ ਪਰਿਵਾਰਾਂ ਵੱਲ ਧਿਆਨ ਕੇਂਦਰਿਤ ਕਰਨ ਵਿੱਚ ਕਾਮਯਾਬ ਹੋਏ ਹਾਂ ਕਿ ਅੱਜ ਮਜ਼ਬੂਰੀ ਵੱਸ ਚਾਹੇ ਉਹ ਅਕਾਲੀ ਦਲ ਬਾਦਲ ਏ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਏ ਜਾਂ SGPC ਏ ਜਾਂ ਕੁੱਝ ਹੋਰ ਸੰਸਥਾਵਾਂ ਨੇ, ਉਹ ਅੱਜ ਆਪ ਮੁਹਾਰੇ ਹੋ ਕੇ ਉਹਨਾਂ ਨੂੰ ਮਜ਼ਬੂਰੀ ਵੱਸ ਇਸ ਮੁੱਦੇ ਦੇ ਨਾਲ ਜੁੜਨਾ ਪੈ ਰਿਹਾ। ਔਰ ਇਹਦੇ ਉੱਤੇ ਭਾਵੇਂ ਉਹ ਮਗਰਮੱਛ ਦੇ ਹੰਝੂ ਵਗਾਉਣ ਵਾਲੀ ਗੱਲ ਏ, ਪਰ ਉਹਨਾਂ ਨੂੰ ਅੱਜ ਇਹ ਜਿਹੜਾ ਹਰ ਰਾਤ ਦਿਨ ਉਹਨਾਂ ਨੂੰ ਸੋਚਣਾ ਪੈਂਦਾ ਕਿ ਅਸੀਂ ਇਸ ਮੁੱਦੇ ਤੋਂ ਪਾਸੇ ਹੋ ਗਏ ਤਾਂ ਅਸੀਂ ਸਿੱਖ ਕੌਮ ਦੇ ਵਿੱਚ ਆਪਣਾ ਮੂੰਹ ਕਿਵੇਂ ਦਿਖਾਵਾਂਗੇ। ਸੋ ਇਹ ਸਾਡੀ, ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਕਾਮਯਾਬੀ ਏ ਜਿਸ ਦੇ ਵਿੱਚ ਮੀਡੀਏ ਦਾ ਬਹੁਤ ਵੱਡਾ ਰੋਲ ਹੈ। ਬਿਲਕੁਲ ਵੀਰ ਮਾਮਾ ਸਾਹਿਬ, ਤੁਸੀਂ UNO ਦੇ ਸਾਹਮਣੇ ਜਿਹੜੀ ਯੂਰਪ ਦੇ ਵਿੱਚ ਕਨਵੈਨਸ਼ਨ ਜਿਹੜੀ ਹੋਈ ਸੀ ਜਦੋਂ ਪਟੀਸ਼ਨ ਪਾਉਣ ਵੇਲੇ ਉਹਦੀ ਗੱਲ ਕੀਤੀ ਆ, ਅਸੀਂ ਵੀ ਆਪਣੇ US ਮੀਡੀਆ ਕੈਨੇਡਾ ਦੀ ਜਿਹੜੀ ਫੇਸਬੁੱਕ ਸਾਡਾ ਪੇਜ ਆ ਉਹਦੇ ਉੱਪਰ ਅਸੀਂ ਉਸ ਟਾਈਮ ਦੀਆਂ ਵੀਡੀਓ ਜਿਹੜੀਆਂ ਪੋਸਟ ਕੀਤੀਆਂ। US ਮੀਡੀਆ ਬਹੁਤ ਹੀ ਜਾਗਰੂਕ ਸੋਚ ਨਾਲ ਚੱਲਦਾ ਪਿਆ, ਔਰ ਮੈਂ ਲਗਾਤਾਰ ਵਾਚ ਕਰਦਾ ਰਹਿੰਦਾ, ਔਰ ਇੰਨੇ ਲੋਕ US ਮੀਡੀਆ ਨਾਲ ਜੁੜੇ ਹੋਏ ਨੇ ਕਿ ਉਸਦੇ ਅੱਛੇ ਰਿਸਪੋਂਸ ਜਿਹੜਾ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਆ ਜਿਹੜੀ ਆਪਣੀ ਕਾਰਵਾਈ ਚੱਲ ਰਹੀ ਹੈ ਉਹ ਉਹਦਾ ਇਸੇ ਕਰਕੇ ਮਿਲ ਰਿਹਾ ਹੈ। ਸਾਹਮਣੇ 10,000 ਸਿੱਖਾਂ ਦਾ ਇਕੱਠੇ ਹੋਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਪਰ ਦੂਸਰੇ ਪਾਸੇ ਸਾਡੇ ਟੋਰਾਂਟੋ ਦੇ ਵਿੱਚ ਬਹੁਤ ਮੀਡੀਆ ਹੈ, ਪਰ ਇੱਥੇ ਬਹੁਤੇ ਮੀਡੀਏ ਨੇ ਇਸ ਦੀ ਨਿਊਜ਼ ਤੱਕ ਵੀ ਨਹੀਂ ਦਿੱਤੀ ਕਿ 10,000 ਇਕੱਠ ਹੋਣਾ ਸਿੱਖਾਂ ਦਾ ਯੂਰਪ ਦੇ ਵਿੱਚ, ਇਹ ਕੋਈ ਨਿੱਕੀ ਗੱਲ ਨਹੀਂ ਹੈ। ਇੱਥੇ ਕਈ ਮੀਡੀਏ ਇਹੋ ਜਿਹੇ ਹਨ ਕਿ ਮੋਦੀ ਕਿਹੜੀ ਰੇਹੜੀ ਤੇ ਚਾਹ ਵੇਚਦਾ ਸੀ, ਮੋਦੀ ਅੱਜ ਕਿੱਥੇ ਗਿਆ ਕਿੱਥੇ ਨਹੀਂ ਗਿਆ, ਜਿਹਨਾਂ ਗੱਲਾਂ ਦਾ ਨੌਰਥ ਅਮਰੀਕਾ ਦੇ ਵਿੱਚ ਬੈਠੇ ਲੋਕਾਂ ਨੂੰ ਕੋਈ ਇੰਟਰਸਟ ਨਹੀਂ ਹੈ, ਕਿਉਂਕਿ USA ਨੇ ਉਸ ਮੋਦੀ ਦਾ ਇੱਥੇ ਵੀਜ਼ਾ ਖੁਦ ਬੈਨ ਕੀਤਾ ਹੋਇਆ। ਸੋ ਉਹਨਾਂ ਲੋਕਾਂ ਦੀਆਂ ਗੱਲਾਂ ਦੱਸੀਆਂ ਜਾ ਸਕਦੀਆਂ ਨੇ ਕਿ ਉਹ ਕਿੱਥੇ ਜਾਂਦਾ ਸੀ ਕਿੱਥੇ ਬਹਿੰਦਾ ਸੀ, ਪਰ 10,000 ਸਿੱਖਾਂ ਵੱਲੋਂ UNO ਦੇ ਸਾਹਮਣੇ ਇਕੱਠੇ ਹੋਣਾ, ਪਟੀਸ਼ਨ ਪਾਉਣੀ, ਉਹ ਨਿਊਜ਼ ਨੂੰ ਇਹਨਾਂ ਨੇ ਬਿਲਕੁਲ ਦਬਾ ਕੇ ਰੱਖਿਆ, ਇਹ ਬੜੀ ਇੱਕ ਸੋਚਣ ਵਾਲੀ ਗੱਲ ਆ। ਔਰ ਦੂਸਰੇ ਪਾਸੇ ਸਿੱਖ ਫਾਰ ਜਸਟਿਸ ਨੂੰ ਜਿਸ ਤਰ੍ਹਾਂ ਆਪਾਂ ਪਤਾ ਆਪਾਂ ਗੱਲਾਂ ਕੀਤੀਆਂ ਕਿ ਕਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਮਿਲ ਰਿਹਾ, ਪਰ ਇਹਨਾਂ ਵੱਲੋਂ ਉਸ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਬਹੁਤ ਕੀਤੀ ਗਈ ਹੈ, ਕਿਉਂਕਿ ਕਨਵੈਨਸ਼ਨ ਤੋਂ ਕੁਛ ਦਿਨ ਪਹਿਲਾਂ 1-2 ਰੇਡੀਓ ਵਾਲਿਆਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ, ਇੱਥੇ ਇਹੋ ਜਿਹਾ ਕੁਛ ਕੀਤਾ ਜਿਹੜਾ ਕਿ ਉਹਨਾਂ ਦਾ ਇਹ ਭਾਵ ਬਿਲਕੁਲ ਸਾਹਮਣੇ ਆ ਰਿਹਾ ਸੀ ਕਿ ਸਿੱਖ ਫਾਰ ਜਸਟਿਸ ਨੂੰ ਬਦਨਾਮ ਕੀਤਾ ਜਾਵੇ, ਉੱਥੇ ਲੋਕ ਨਾ ਜਾਣ। ਹੁਣ ਮੈਂ ਗੱਲ ਕਰਨ ਲੱਗਾ ਜੀ ਰੇਡੀਓ ਖਬਰਸਾਰ ਦੀ, ਜਿਹੜਾ 770 AM ਟੋਰਾਂਟੋ ਦੇ ਵਿੱਚ ਜਗਦੀਸ਼ ਗਰੇਵਾਲ ਵੱਲੋਂ ਚਲਾਇਆ ਜਾਂਦਾ, ਉਹ ਰੇਡੀਓ ਵੱਲੋਂ ਗੁਰਪ੍ਰੀਤ ਸਿੰਘ ਪੰਨੂ ਨੂੰ ਬਿਲਕੁਲ ਬੈਨ ਕੀਤਾ ਗਿਆ ਆਪਣੇ ਰੇਡੀਓ ਤੇ ਬੋਲਣ ਦੇ ਲਈ। ਉੱਥੇ ਜਦੋਂ ਬੀਬੀ ਜਗਦੀਸ਼ ਕੌਰ, ਉਹਨਾਂ ਦਾ ਬੇਟਾ ਗੁਰਦੀਪ ਸਿੰਘ ਗੋਲਡੀ, ਟੋਰਾਂਟੋ ਦੀ ਜਿਹੜੀ ਫੇਰੀ ਤੇ ਆਏ ਹੋਏ ਸੀ 2-2.5 ਮਹੀਨੇ ਤੋਂ, ਤੁਹਾਨੂੰ ਵੀ ਪਤਾ, ਔਰ ਉਹ ਜਦੋਂ ਉਸ ਰੇਡੀਓ ਟਾਕ ਸ਼ੋਅ ਤੇ ਜਾਂਦੇ ਨੇ, ਜਿਹੜੇ ਕਿ ਸਾਨੂੰ ਪਤਾ ਕਿ ਉਹ ਦੱਸਣ ਆਏ ਨੇ ਕਿ ਦੁਨੀਆਂ ਨੂੰ ਕਿ ਸਾਡੇ ਨਾਲ ਹਿੰਦੁਸਤਾਨ ਦੇ ਵਿੱਚ ਕਿਵੇਂ ਸਾਡਾ ਕਤਲੇਆਮ ਹੋਇਆ, ਕਿਸ ਤਰ੍ਹਾਂ ਸਾਡੇ ਨਾਲ ਅਨਜਸਟਿਸ ਹੋ ਰਿਹਾ, 30 ਸਾਲ ਹੋ ਗਏ ਸਾਡੇ ਨਾਲ ਕੀ ਕੁਛ ਬੀਤਦਾ, ਉਹ ਗੱਲ ਸੁਣਨ ਦੀ ਬਜਾਏ ਜੋ ਹਿੰਦੁਸਤਾਨੀ ਮੀਡੀਆ ਜਿਸ ਤਰ੍ਹਾਂ ਇਹਨਾਂ ਦਾ ਕਿਰਦਾਰ ਹੈ ਕਿ ਜਿਹੜੀ ਜਸਟਿਸ ਦੀ ਗੱਲ ਆ ਉਸਨੂੰ ਭੰਬਲ ਭੂਸੇ ਵਿੱਚ ਕਿਸ ਤਰ੍ਹਾਂ ਪਾਉਣਾ ਹੈ, ਇਹਨਾਂ ਵੱਲੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ
ਕਿ ਇੱਥੇ ਮਿਲੀਅਨ ਡਾਲਰ ਇਕੱਠੇ ਕੀਤੇ ਗਏ ਜਿਹਦੇ ਵਿੱਚ ਤੁਹਾਡਾ ਵੀ ਨਾਂ ਲਿਆ ਗਿਆ ਔਰ ਉਸ ਰੇਡੀਓ ਨੂੰ ਉਸੇ ਫ੍ਰੀਕੁਐਂਸੀ ਦੇ ਉੱਪਰ ਇੱਕ ਚੱਲਣ ਵਾਲਾ ਰੇਡੀਓ ਜਿਹੜਾ ਵਾਇਸ ਆਫ ਸਿੱਖ ਹੈ ਉਹਦੇ ਵੱਲੋਂ ਵੀ ਇੱਕ ਲੈਟਰ ਕੱਢਿਆ ਗਿਆ ਓਪਨਲੀ ਵੱਖ ਵੱਖ ਅਖਬਾਰਾਂ ਵਿੱਚ ਇੰਟਰਨੈਟ ਤੇ ਉਹ ਲੈਟਰ ਹੈ ਔਰ ਤੁਹਾਡੇ ਵੱਲੋਂ ਵੀ ਇੱਕ ਲੈਟਰ ਉਸ ਨੂੰ ਆਇਆ ਸੀ ਪਰ ਜਦੋਂ ਤੁਸੀਂ ਬਲਤੇਜ ਪੰਨੂ ਜਿਹੜਾ ਕਿ ਉਸ ਰੇਡੀਓ ਨਾਲ ਜੁੜਿਆ ਹੋਇਆ ਉਹਦੇ ਨਾਲ ਇੰਟਰਵਿਊ ਉਸੇ ਰੇਡੀਓ ਤੇ ਕਰ ਰਹੇ ਸੀ ਸਾਨੂੰ ਬੜੀਆਂ ਫੋਨ ਕਾਲਸ ਆਈਆਂ ਕਿ ਕੀ ਗੱਲ ਹੈ ਇਸਦਾ ਮਿਸਟਰ ਪੀਰ ਮੁਹੰਮਦ ਨਾਲ ਗੱਲ ਕਰਕੇ ਤੁਸੀਂ ਕਲੈਰੀਫਾਈ ਕਰੋ ਕਿ ਉਹਨਾਂ ਨੂੰ ਧੋਖੇ ਵਿੱਚ ਰੱਖਿਆ ਗਿਆ ਜਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹੀ ਰੇਡੀਓ ਆ ਜਿਸ ਨੇ ਹਮੇਸ਼ਾ ਹੀ ਟੈਲੀਕੋਮ ਦੇ ਖਿਲਾਫ ਉਸ ਦੇ ਵਿੱਚ ਇਹ ਆ ਕਿ ਜਿਹੜੇ ਆਪਣੇ ਬਲਤੇਜ ਪੰਨੂ ਨੇ ਉਹ ਮੇਰੇ ਚੰਗੇ ਜਾਣਕਾਰ ਨੇ ਔਰ ਜਦੋਂ ਇੱਥੇ ਪੰਜਾਬ ਦੇ ਵਿੱਚ ਸਨ ਚੰਡੀਗੜ੍ਹ ਦੇ ਵਿੱਚ ਸੈਕਟਰ 35 ਦੇ ਵਿੱਚ ਉਹਨਾਂ ਨੇ NRI ਚੈਨਲ ਇੱਕ ਸ਼ੁਰੂ ਕੀਤਾ ਸੀ ਉਸ ਚੈਨਲ ਦੇ ਉੱਪਰ ਉਹਨਾਂ ਨੇ ਮੈਨੂੰ ਕਈ ਵਾਰ ਇੰਟਰਵਿਊ ਤੇ ਵੀ ਮੈਂ ਉਹਨਾਂ ਦੇ ਨਾਲ ਆਮੋ ਸਾਹਮਣੇ ਬੈਠ ਕੇ ਦਿੰਦਾ ਰਿਹਾ ਤਾਂ ਉਹਨਾਂ ਦੀ ਕਾਲ ਆਈ ਮੈਨੂੰ ਕਿ ਸਰਦਾਰ ਕਰਨੈਲ ਸਿੰਘ ਜੀ ਇਹ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਮੌਜੂਦਾ ਜਿਹੜਾ ਮਸਲਾ ਰਾਹੁਲ ਗਾਂਧੀ ਦਾ ਚੱਲ ਰਿਹਾ ਤੇ ਮੈਨੂੰ ਲਗਾਤਾਰ ਹੀ ਦੇਸ਼ ਚੋਂ ਵਿਦੇਸ਼ ਚੋਂ ਲਗਾਤਾਰ ਕਾਲਾਂ ਆਉਂਦੀਆਂ ਰਹਿੰਦੀਆਂ ਨੇ ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਜ਼ਰੂਰ ਮੈਂ ਕਰਾਂਗਾ ਜੋ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਮੈਂ ਉਹਦਾ ਜਵਾਬ ਦਿਆਂਗਾ ਤਾਂ ਉਹ ਕੁਝ ਚਿਰ ਬਾਅਦ ਉਹਨਾਂ ਦੀ ਫਿਰ ਦੁਬਾਰਾ ਕਾਲ ਆਈ ਉਹ ਕਹਿੰਦੇ ਜੀ ਕਿ ਉਹਨਾਂ ਨੇ ਮੈਨੂੰ ਕੋਈ ਇਹ ਵੀ ਨਹੀਂ ਦੱਸਿਆ ਕਿ ਮੈਂ ਕਿਸ ਰੇਡੀਓ ਤੇ ਜਾਂ ਕਾਹਦੇ ਵਾਸਤੇ ਤੁਹਾਡੀ ਇੰਟਰਵਿਊ ਕਰ ਰਿਹਾ ਕਿਉਂਕਿ ਇੱਕ ਮਸਲਾ ਹੈ ਉਸ ਮਸਲੇ ਦੇ ਉੱਪਰ ਕੋਈ ਵੀ ਸਾਨੂੰ ਕਾਲ ਕਰ ਸਕਦਾ ਤੇ ਅਸੀਂ ਉਹਦਾ ਜਵਾਬ ਦੇਣਾ ਸਾਡਾ ਮੁੱਢਲਾ ਫਰਜ਼ ਬਣਦਾ ਤਾਂ ਉਹਨਾਂ ਨੇ ਜਦੋਂ ਕਾਲ ਕੀਤੀ ਕਾਲ ਦੇ ਵਿੱਚ ਉਹਨਾਂ ਨੇ ਮੈਨੂੰ ਕੁਐਸਚਨ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਸਰਦਾਰ ਜਗਦੀਸ਼ ਸਿੰਘ ਵੀ ਹੈਗੇ ਨੇ ਤੇ ਉਹਨਾਂ ਨੇ ਨਾਲ ਕੋਈ ਗਰੇਵਾਲ ਵੀ ਨਹੀਂ ਕਿਹਾ ਉਹਨਾਂ ਨੇ ਸਰਦਾਰ ਜਗਦੀਸ਼ ਸਿੰਘ ਦਾ ਨਾਮ ਲਿਆ ਤੇ ਜੋ ਸਰਦਾਰ ਜਗਦੀਸ਼ ਸਿੰਘ ਨੇ ਮੈਨੂੰ ਪੁੱਛਿਆ ਮੈਂ ਉਹਨਾਂ ਨੇ ਮੈਨੂੰ ਸਵਾਲ 84 ਦੇ ਸੰਬੰਧ ਵਿੱਚ ਕੀਤੇ ਕਿ ਜੋ ਦਿੱਲੀ ਦੇ ਵਿੱਚ ਹੋ ਰਿਹਾ ਉਹਦੇ ਨਾਲ ਰਿਲੇਟਡ ਸੀ ਉਹ ਸਾਰੀਆਂ ਗੱਲਾਂ ਦੇ ਮੈਂ ਜਵਾਬ ਉਹਨਾਂ ਨੂੰ ਦਿੱਤੇ ਤੇ ਬਾਅਦ ਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਰੇਡੀਓ ਜਿਹੜਾ ਖਬਰ ਸਾਰ ਹੈ ਕਿ ਇਹਨਾਂ ਨੂੰ ਮੈਂ ਪਿਛਲੇ ਦਿਨੀ ਜਿਹੜਾ ਇੱਕ ਨੋਟਸ ਭੇਜਿਆ ਹੈ ਜਿਸ ਦੇ ਵਿੱਚ ਮੈਂ ਕਿਹਾ ਹੈ ਕਿ ਤੁਸੀਂ ਜੋ ਪਿਛਲੇ ਦਿਨੀ ਕਿਹਾ ਹੈ ਤਾਂ ਉਹ ਕੀ ਗੱਲ ਹੈਗੀ ਹੈ ਤਾਂ ਉਹ ਮੈਨੂੰ ਉਹਨਾਂ ਨੇ ਮੈਂ ਕਿਉਂਕਿ ਬਲਤੇਜ ਪੰਨੂ ਖਰਾਂ ਦਾ ਫਿਰ ਦੁਬਾਰਾ ਮੈਨੂੰ ਫੋਨ ਆਇਆ ਜੀ ਕਿ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਉਸ ਸੰਬੰਧ ਦੇ ਵਿੱਚ ਜਿਹੜਾ ਆਪਣੇ ਲੈਟਰ ਤੁਸੀਂ ਭੇਜਿਆ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਜੀ ਕਿ ਭਾਜੀ ਪਹਿਲੀ ਗੱਲ ਇਹ ਤਾਂ ਤੁਸੀਂ ਮੈਨੂੰ ਉਸ ਦਿਨ ਦੱਸਣਾ ਚਾਹੀਦਾ ਸੀ ਤੇ ਆਪਾਂ ਗੱਲ ਕਰਨ ਤੋਂ ਪਹਿਲਾਂ ਮੈਨੂੰ ਕਲੀਅਰ ਤਾਂ ਹੁੰਦਾ ਕਿ ਮੈਂ ਕਿਹਨਾਂ ਨਾਲ ਗੱਲ ਕਰ ਰਿਹਾ ਉਹ ਕਹਿੰਦੇ ਜੀ ਚਲੋ ਇਹਨਾਂ ਨੇ ਗੱਲ ਕੀਤੀ ਤੁਹਾਨੂੰ ਕੋਈ ਇਹਨਾਂ ਨੇ ਕੁਐਸਚਨ ਜਿਹੜੀ ਮੂਵਮੈਂਟ ਦਾ ਰਿਲੇਟਡ ਹੀ ਪੁੱਛੇ ਮੈਂ ਕਿਹਾ ਬਿਲਕੁਲ ਮੈਂ ਉਹਨਾਂ ਦੇ ਜਵਾਬ ਵੀ ਦਿੱਤੇ ਆ ਲੇਕਿਨ ਮੈਂ ਕਿਹਾ ਕਿ ਜਿਹੜੀ ਹੁਣ ਗੱਲ ਤੁਸੀਂ ਕਹਿ ਰਹੇ ਹੋ ਉਹਦਾ ਸੁਣ ਲਓ ਮੇਰੇ ਕੋਲੋਂ ਕਿ ਮੈਨੂੰ ਇਹ ਦੱਸੋ ਕਿ ਮੇਰੇ ਉੱਪਰ ਜਿਹੜਾ ਤੁਸੀਂ ਕੋਈ ਐਲੀਗੇਸ਼ਨ ਲਾਇਆ ਹੈ ਜਾਂ ਸਾਡੀ ਜਥੇਬੰਦੀ ਦੇ ਉੱਪਰ ਕੋਈ ਐਲੀਗੇਸ਼ਨ ਲਾਇਆ ਹੈ ਉਸ ਦੇ ਬਾਰੇ ਉਹ ਕਹਿੰਦੇ ਜੀ ਮੈਂ ਤੁਹਾਨੂੰ ਆਪਣਾ ਲਿੰਕ ਹੁਣੇ ਭੇਜਦਾ ਉਸ ਦੇ ਵਿੱਚ ਅਸੀਂ ਇੱਕ ਸਵਾਲ ਕੀਤਾ ਸੀ ਬੀਬੀ ਜਗਦੀਸ਼ ਕੌਰ ਜੀ ਨੂੰ ਕਿ ਬੀਬੀ ਜੀ ਤੁਹਾਡੇ ਨਾਲ ਲਗਾਤਾਰ ਕਰਨੈਲ ਸਿੰਘ ਪੀਰ ਮੌਂਦਰੀ ਦੇਖੇ ਗਏ ਨੇ ਤੇ ਉਹਨਾਂ ਨੇ ਤੁਹਾਡੀ ਕਿੰਨੀ ਕੁ ਮਦਦ ਕੀਤੀ ਹੈ ਉਹ ਸਾਨੂੰ ਕਲੀਅਰ ਕਰਕੇ ਦੱਸੋ ਤਾਂ ਕਹਿੰਦੇ ਜੀ ਉਹਨਾਂ ਨੇ ਬੀਬੀ ਜੀ ਨੇ ਕਿਹਾ ਕਿ ਮੇਰੀ ਮਦਦ ਇਹ ਕਰਦੇ ਸੀ ਕਿ ਜਿੱਥੇ ਮੈਂ ਠਹਿਰੀ ਸਾਂ ਉੱਥੋਂ ਮੈਨੂੰ ਲੈ ਕੇ ਜਾਂਦੇ ਸੀ ਨਾਲ ਮੇਰੇ ਆ ਜਾਂਦੇ ਸੀ ਤੇ ਜਦੋਂ ਕੋਰਟ ਵਿੱਚ ਗਵਾਹੀ ਪੂਰੀ ਹੁੰਦੀ ਸੀ ਉੱਥੋਂ ਆ ਕੇ ਤੇ ਫਿਰ ਉਹ ਉੱਥੋਂ ਤੱਕ ਮੇਰੇ ਨਾਲ ਰਹਿੰਦੇ ਸੀ ਤੇ ਮੈਂ ਕਿਹਾ ਭਾਈ ਸਾਹਿਬ ਮੈਨੂੰ ਦੱਸੋ ਕਿ ਮੈਂ ਇਸ ਤੋਂ ਵੱਧ ਉਹਨਾਂ ਦੀ ਕੀ ਮਦਦ ਕਰ ਸਕਦਾ ਇਹ ਗਵਾਹ ਉਹ ਸਨ ਜਿਹੜੇ ਘਰਾਂ ਦੇ ਵਿੱਚ ਬੈਠ ਗਏ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਸੱਜਣ ਕੁਮਾਰ ਦੇ ਬਾਡੀਗਾਰਡਾਂ ਤੋਂ ਡਰ ਲੱਗਦਾ ਅਸੀਂ ਸਾਹਮਣੇ ਗਵਾਹੀ ਦੇਣ ਜਾ ਨਹੀਂ ਸਕਦੇ ਅਸੀਂ ਰੱਖਿਆ ਦੇ ਚੜ੍ਹ ਕੇ ਕਿਵੇਂ ਗਵਾਹੀ ਦੇਣ ਜਾਈਏ ਤਾਂ ਅਸੀਂ ਉਹਨਾਂ ਨੂੰ ਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਮੋਰਲ ਸਪੋਰਟ ਦੇ ਸਕਦੀ ਸੀ ਮੈਂ ਉਹਨਾਂ ਨੂੰ ਪੁੱਛਿਆ ਗਰੇਵਾਲ ਜੀ ਹੋਰਾਂ ਨੂੰ ਪੰਨੂ ਜੀ ਹੋਰਾਂ ਨੂੰ ਕਿ ਮੈਨੂੰ ਤੁਸੀਂ ਇਹ ਦੱਸੋ ਕਿ ਮੋਰਲ ਸਪੋਰਟ ਵੱਡੀ ਹੁੰਦੀ ਹੈ ਜਾਂ ਫਾਈਨੈਂਸ਼ਲੀ ਸਪੋਰਟ ਵੱਡੀ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦੇ ਹਾਂ ਤੁਹਾਨੂੰ ਅਸੀਂ ਹਮੇਸ਼ਾ ਤੁਹਾਡੇ ਬਾਰੇ ਇਹੋ ਜਿਹੀ ਅਸੀਂ ਕੋਈ ਗੱਲ ਨਹੀਂ ਕੀਤੀ ਮੈਂ ਜੇਕਰ ਤੁਸੀਂ ਗੱਲ ਨਹੀਂ ਕੀਤੀ ਤਾਂ ਮੈਨੂੰ ਕੀ ਜ਼ਰੂਰਤ ਪਈ ਕਿ ਮੈਂ ਤੁਹਾਨੂੰ ਜਿਹੜਾ ਨੋਟਸ ਜਾਰੀ ਕਰਾਂ ਉਹ ਕਹਿੰਦੇ ਜੀ ਤੁਸੀਂ ਕੁਝ ਸਾਡੇ ਕੋਲ ਜੋ ਸਾਡੇ ਬਾਰੇ ਤੁਸੀਂ ਕਿਹਾ ਹੈ ਆਪਣੇ ਲੈਟਰ ਦੇ ਵਿੱਚ ਕਿ ਉਹ ਤੁਸੀਂ ਆਪਣੇ ਕੰਨੀ ਸੁਣਿਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਬਿਲਕੁਲ ਨਹੀਂ ਮੇਰੇ ਕੋਲ ਜੋ ਮੈਨੂੰ ਉੱਥੋਂ ਕਾਲਜ ਆਈਆਂ ਨੇ ਮੈਂ ਉਹਨਾਂ ਦੇ ਜਵਾਬ ਦੇ ਉੱਪਰ ਤੁਹਾਨੂੰ ਕੀਤਾ ਉਹ ਕਹਿੰਦੇ ਜੀ ਤੁਹਾਨੂੰ ਅਸੀਂ ਲਿੰਕ ਭੇਜਦੇ ਹਾਂ
ਤੁਸੀਂ ਉਹ ਲਿੰਕ ਜ਼ਰੂਰ ਦੇਖੋ, ਉਸ ਤੋਂ ਬਾਅਦ ਸਾਡੇ ਬਾਰੇ ਕੋਈ ਵਿਚਾਰ ਕਰੋ। ਤਾਂ ਉਹਨਾਂ ਨੇ ਲਿੰਕ ਅਜੇ ਤੱਕ ਨਹੀਂ ਮੈਨੂੰ ਭੇਜਿਆ, ਨਾ ਮੈਂ ਅਜੇ ਤੱਕ ਸੁਣ ਸਕਿਆ। ਪਰ ਮੈਂ ਇੱਕ ਗੱਲ ਬਿਲਕੁਲ ਕਲੀਅਰ ਹੈ US ਮੀਡੀਆ ਦੇ ਰਾਹੀਂ ਆਪ ਜਿਹੜੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਵੀ ਮੇਰਾ ਸਿੱਖ ਵੀਰ, ਭੈਣ ਭਰਾ, ਬੱਚਾ, ਬਜ਼ੁਰਗ ਜੋ ਵੀ ਮੇਰੀ ਆਵਾਜ਼ ਸੁਣਦਾ ਪਿਆ ਹੈ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਅੱਜ ਤੱਕ ਮੌਜੂਦਾ ਮੂਵਮੈਂਟ ਬਾਰੇ ਮੇਰਾ ਕਿਸੇ ਨਾਲ, ਕਿਸੇ ਆਰਗਨਾਈਜੇਸ਼ਨ ਨਾਲ ਕੋਈ ਸੰਪਰਕ ਨਹੀਂ ਰਿਹਾ, ਨਾ ਮੈਂ ਕਿਸੇ ਕੋਲ ਕੋਈ ਕਿਸੇ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਕੋਲੋਂ, ਵਿਅਕਤੀ ਵਿਸ਼ੇਸ਼ ਕੋਲੋਂ ਮੈਂ ਕੋਈ ਇਸ ਤਰ੍ਹਾਂ ਦੀ ਮੰਗ ਕੀਤੀ ਹੋਵੇ ਕਿ ਮੈਨੂੰ ਸੰਘਰਸ਼ ਦੇ ਵਿੱਚ ਮਾਇਆ ਦੀ ਲੋੜ ਹੈ ਜਾਂ ਮੈਨੂੰ ਮੈਂ ਅੱਗੇ ਕਿਸੇ ਨੂੰ ਕਰਨਾ। ਮੇਰਾ ਕੋਈ ਵੀ ਇਹੋ ਜਿਹਾ ਨਹੀਂ ਹੈਗਾ, ਸਿਰਫ ਤੇ ਸਿਰਫ ਮੇਰਾ ਜਿਹੜਾ ਸੰਬੰਧ, ਜਿਹੜਾ ਇਸ ਸੰਬੰਧ ਦੇ ਵਿੱਚ ਜਿਹੜੀ ਮੂਵਮੈਂਟ ਅਸੀਂ ਕੀਤੀ ਹੈ ਉਹਦਾ ਸਿਕਸ ਫਾਰ ਜਸਟਿਸ ਦੇ ਨਾਲ ਹਮੇਸ਼ਾ ਰਿਹਾ, ਔਰ 84 ਦੇ ਉੱਪਰ ਲਗਾਤਾਰ ਅਸੀਂ ਜਿਹੜਾ ਇੱਕ ਸੰਘਰਸ਼ ਕੀਤਾ ਔਰ ਉਸਦੇ ਜਿਹੜੇ ਸਾਰਥਕ ਸਿੱਟੇ ਵੀ ਕੱਢ ਕੇ ਕੌਮ ਨੂੰ ਦਿੱਤੇ ਆ। ਲੇਕਿਨ ਜੇ ਵੀਰਾਂ ਨੇ ਇਸ ਤਰ੍ਹਾਂ ਦਾ ਕੋਈ ਪ੍ਰਚਾਰ ਕੀਤਾ ਤੇ ਜਾਂ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਹ ਸੰਘਰਸ਼ ਜਿਹੜਾ ਹੈ ਸਮੁੱਚੀ ਸਿੱਖ ਕੌਮ ਦਾ ਹੈ, ਔਰ ਕੌਮ ਦੇ ਵਿੱਚ ਜਿਹਨਾਂ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਅਣਦੇਖਿਆ ਕੀਤਾ ਇਸ ਸੰਘਰਸ਼ ਨੂੰ, ਉਹਨਾਂ ਬਾਰੇ ਤਾਂ ਤੁਸੀਂ ਬੋਲੋ ਤਾਂ ਕੋਈ ਗੱਲ ਬਣਦੀ ਹੈ। ਲੇਕਿਨ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ, ਜਿਹੜੇ ਸੰਘਰਸ਼ ਦੇ ਸਾਰਥ ਸਿੱਟੇ ਕੱਢ ਕੇ ਕੌਮ ਨੂੰ ਦੇ ਰਹੇ ਨੇ, ਜਿਸ ਕਰਕੇ ਅੱਜ ਰਾਹੁਲ ਗਾਂਧੀ ਨੂੰ ਵੀ ਸੱਚ ਕਬੂਲਣਾ ਪਿਆ, ਚਾਹੇ ਭਾਵੇਂ ਅਧੂਰਾ ਹੀ ਉਹਨੇ ਕੀਤਾ, ਤੇ ਅੱਜ ਤਰਲੋ ਮੱਛੀ ਹੋ ਰਹੇ ਨੇ ਸਿਆਸੀ ਪਾਰਟੀਆਂ, ਚਾਹੇ BJP ਹੋਵੇ, ਚਾਹੇ ਅਕਾਲੀ ਦਲ ਹੋਵੇ ਜਾਂ ਹੋਰ ਹੋਣ, ਤੇ ਉਹਨਾਂ ਬਾਰੇ ਤੁਸੀਂ ਇੱਕ ਵੀ ਸ਼ਬਦ ਕਦੀ ਨੀ ਬੋਲਦੇ। ਲੇਕਿਨ ਜਿਹੜੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਕੰਮ ਦੇ ਵਿੱਚ ਕਦੀ ਵੀ ਅੜਿੱਕਾ ਨਹੀਂ ਬਣਨਾ ਚਾਹੀਦਾ, ਇਹ ਮੇਰੀ ਸਾਰਿਆਂ ਨੂੰ ਅਪੀਲ ਹੈ। ਮਨੁੱਖ ਜਿਹੜਾ ਉਹ ਗਲਤੀਆਂ ਦਾ ਪੁਤਲਾ, ਹੋ ਸਕਦਾ ਕਿ ਮੇਰੇ ਕੋਲੋਂ ਵੀ ਕੋਈ ਗਲਤੀ ਹੋਈ ਹੋਵੇ ਤਾਂ ਮੈਨੂੰ ਦੱਸਿਆ ਜਾਵੇ, ਤੇ ਕੋਈ ਵੀ ਐਲੀਗੇਸ਼ਨ ਲਾਉਣ ਤੋਂ ਪਹਿਲਾਂ ਉਹਦੇ ਤੇ ਵਿਚਾਰ ਕੀਤਾ ਜਾਵੇ ਕਿ ਉਸ ਦੇ ਵਿੱਚ ਅਸੀਂ ਸੁਣਦੇ ਰਹਿੰਦੇ ਹਾਂ ਕਿ ਹਿੰਦੁਸਤਾਨ ਦਾ ਇੱਕ ਕਾਰਗਰ ਹਥਿਆਰ ਹੈ ਔਰ ਵਰਤਿਆ ਜਾਂਦਾ ਉਹਨਾਂ ਵੱਲੋਂ। ਔਰ ਜਿਹੜੀ ਗੱਲ ਪੈਸੇ ਦੀ ਹੈ ਗੁਰਪ੍ਰੀਤ ਸਿੰਘ ਪੰਨੂ ਨੂੰ ਵੀ, ਜਗਦੀਸ਼ ਗਰੇਵਾਲ ਨੇ ਤਾਂ ਉਹਨਾਂ ਨੂੰ ਵੈਸੇ ਟੈਕਸ ਕਰਕੇ ਕਹਿ ਦਿੱਤਾ ਸੀ ਕਿ ਮੇਰੇ ਰੇਡੀਓ ਤੇ ਨਾ ਆਓ, ਪਰ ਇੱਕ ਦੋ ਹੋਰ ਰੇਡੀਓਆਂ ਦੇ ਉੱਪਰ ਇਹ ਕੁਐਸਚਨ ਕੀਤਾ ਗਿਆ ਸੀ ਕਿ ਟੈਕਸ ਫਾਰ ਜਸਟਿਸ ਵੱਲੋਂ ਕਨਵੈਨਸ਼ਨ ਕੀਤੀ ਜਾਂਦੀ ਹੈ, ਤੁਸੀਂ ਉੱਥੇ ਕੀ ਮਦਦ ਕੀਤੀ? ਤੇ ਗੁਰਪ੍ਰੀਤ ਸਿੰਘ ਪੰਨੂ ਨੇ ਵੈਰੀ ਕਲੀਅਰ ਇਹ ਆਨਸਰ ਦਿੱਤਾ ਔਨ ਦੀ ਏਅਰ ਕਿ ਟੈਕਸ ਫਾਰ ਜਸਟਿਸ ਜਿਹੜੀ ਹੈ ਲੀਗਲ ਜਿਹੜੀ ਲੜਾਈ ਹੈ ਉਹ ਲੜਨ ਦੇ ਲਈ ਬਣੀ ਆ, ਔਰ ਜੋ ਵੀ ਕੀਤਾ ਜਾਂਦਾ ਹੈ ਜਾਂ ਪੈਸਾ ਇਕੱਠਾ ਕੀਤਾ ਜਾਂਦਾ, ਪੈਸਾ ਲਾਇਆ ਜਾਂਦਾ ਉਹਦੇ ਉੱਪਰ ਲਾਇਆ ਜਾਂਦਾ। ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਸੀਗੇ ਅਸੀਂ ਲਗਾਤਾਰ ਇਸ ਨੂੰ, ਚਾਹੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਸਰਨਾ ਭਰਾਵਾਂ ਪਾਸ ਸੀ, ਹੁਣ ਮਨਜੀਤ ਸਿੰਘ GK ਹੋਰਾਂ ਪਾਸ ਏ, ਉਸ ਵੱਲੋਂ ਵੀ ਕਿਹਾ ਜਾਂਦਾ ਕਿ ਅਸੀਂ ਕਰੋੜਾਂ ਰੁਪਏ ਖਰਚ ਕੀਤੇ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਜਥੇਦਾਰ ਅਵਤਾਰ ਸਿੰਘ ਮੱਕੜ ਹੋਈ ਉਹਨਾਂ ਨੂੰ ਪੁੱਛ ਲਓ, ਉਹ ਵੀ ਬੜਾ ਵੱਡਾ ਦਾਅਵਾ ਕਰਦੇ ਆ, ਪਰ ਉਹਨਾਂ ਲੋਕਾਂ ਨੂੰ ਤਾਂ ਕਦੀ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਕਿ ਭਾਈ ਜੇ ਤੁਸੀਂ ਅੱਜ 436 ਕੇਸਾਂ ਦੀ ਗੱਲ ਹੋ ਰਹੀ ਹੈ ਜਦੋਂ ਕਿ ਸਰਕਾਰੀ ਅੰਕੜਿਆਂ ਮੁਤਾਬਕ 2733 ਲੋਕ ਜਿਹੜੇ ਆ ਉਹ ਇਕੱਲੀ ਦਿੱਲੀ ਰਾਜਧਾਨੀ ਦੇ ਵਿੱਚ ਸ਼ਹੀਦ ਕੀਤੇ ਗਏ, ਕੀ ਉਹਨਾਂ ਦੇ ਕਾਤਲ ਜਿਹੜੇ ਕੀ ਉਹ ਸਿਰਫ 400 ਇੰਨੇ ਲੋਕ ਸਨ, 436 ਲੋਕ ਸਨ ਜਿਹਨਾਂ ਦੇ ਖਿਲਾਫ FIR ਦਰਜ ਹੋਈ ਹੈ, ਤੇ ਉਹ ਵੀ FIR-ਾਂ ਜਿਹੜੀਆਂ ਬੰਦ ਪਈਆਂ ਨੇ। ਸੋ ਇਹ ਬੜਾ ਹੀ ਗੁੰਝਲਦਾਰ ਕੇਸ ਬਣਾਇਆ ਗਿਆ ਔਰ ਲਗਾਤਾਰ ਇਹਦੇ ਉੱਪਰ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਇੰਨੇ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ ਆਤਮਾਵਾਂ ਇਹਨਾਂ ਕਾਤਲਾਂ ਨੂੰ ਚੈਨ ਨਾਲ ਨਹੀਂ ਬੈਠਣ ਦੇਣਗੀਆਂ। ਸੋ ਉਸ ਦੇ ਜਿਹੜੇ ਕਾਤਲਾਂ ਦੇ ਹਥਿਆਰ ਦਾ ਕਿਸੇ ਨੂੰ ਵੀ ਦਸਤਾ ਨਹੀਂ ਬਣਨਾ ਚਾਹੀਦਾ, ਸਾਨੂੰ ਲੜਾਈ ਲੜਨੀ ਚਾਹੀਦੀ ਹੈ, ਸੱਚੇ ਦਿਲੋਂ ਲੜਨੀ ਚਾਹੀਦੀ ਹੈ, ਔਰ ਜਿੰਨਾ ਵੀ ਉਹਦੇ 'ਚ ਯੋਗਦਾਨ ਪਾ ਸਕਦੇ ਹੋ ਉਹ ਪਾਇਆ ਜਾਣਾ ਚਾਹੀਦਾ। ਇਹ ਜਿਹੜੀ ਸਿੱਖ ਫਾਰ ਜਸਟਿਸ ਹੈ ਕਿਸੇ ਇੱਕ ਬੰਦੇ ਦੀ, ਇੱਕ ਵਿਅਕਤੀ ਵਿਸ਼ੇਸ਼ ਦੀ ਇਹ ਜਥੇਬੰਦੀ ਨਹੀਂ, ਔਰ ਇਸਦੇ ਨਾਲ ਜਿੰਨੇ ਵੀ ਲੋਕ ਹੈਗੇ ਨੇ ਜਿਨ੍ਹਾਂ ਦੇ ਵਿੱਚੋਂ ਟੀਮ ਦਾ ਮੈਂ ਨਾਮ ਪਹਿਲਾਂ ਲੈ ਚੁੱਕਾਂ, ਇਹ ਉਹ ਲੋਕ ਨੇ ਜਿਹੜਾ ਆਪਣਾ ਪੂਰਾ ਟਾਈਮ ਸਪੈਂਡ ਕਰਕੇ ਇਸ ਜਥੇਬੰਦੀ ਨੂੰ ਮਜ਼ਬੂਤ ਕਰਕੇ ਤੇ ਅੱਗੇ ਵੱਧ ਰਹੇ ਨੇ, ਔਰ ਉਹਦੀ ਕਾਮਯਾਬੀ ਮਿਲ ਰਹੀ ਹੈ, ਔਰ ਇਸ ਦੇ ਵਿੱਚ ਕੋਈ ਦੋ ਰਾਇਆ ਨਹੀਂ। ਸਰਕਾਰੀ ਏਜੰਸੀਆਂ, ਸਰਕਾਰੀ ਲੋਕ ਜਿਹੜੇ ਹੁੰਦੇ ਨੇ ਉਹ ਬਦਨਾਮ ਹਮੇਸ਼ਾ ਕਰਦੇ ਨੇ ਮੂਵਮੈਂਟ ਨੂੰ, ਪਿੱਛੇ ਵੀ ਕੀਤਾ ਗਿਆ
ਤੇ ਉਹਦਾ ਸੰਤ ਜਰਨੈਲ ਸਿੰਘ ਜੀ ਨੂੰ ਵੀ ਕਹਿੰਦੇ ਰਹੇ ਕਿ ਉਹ ਕਾਂਗਰਸ ਦੇ ਏਜੰਟ ਨੇ ਤੇ ਉਹਨਾਂ ਲੋਕਾਂ ਨੂੰ ਅਸੀਂ ਕਦੀ ਵੀ ਖੁਸ਼ ਨਹੀਂ ਕਰ ਸਕਦੇ, ਲੇਕਿਨ ਜਿਹੜੇ ਵੀਰ ਸਮਝਦੇ ਨੇ ਕਿ ਅਸੀਂ ਮੂਵਮੈਂਟ ਦੇ ਨਾਲ ਜੁੜੇ ਹੋਏ ਹਾਂ, ਮੂਵਮੈਂਟ ਦਾ ਸਾਥ ਦੇਣਾ ਹੈ, ਉਹਨਾਂ ਨੂੰ ਸੱਚੇ ਦਿਲੋਂ ਸਾਥ ਦੇਣਾ ਚਾਹੀਦਾ, ਉਹਨਾਂ ਨੂੰ ਕਿਸੇ ਵੀ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਤੇ ਮੈਂ ਇੰਨੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਹੁਣ ਤੱਕ ਦੀ ਜਿਹੜੀ ਮੂਵਮੈਂਟ ਲੜੀ ਗਈ ਹੈ ਇਹਨਾਂ ਦੋਨਾਂ ਜਥੇਬੰਦੀਆਂ ਵੱਲੋਂ, ਉਹ ਬਿਲਕੁਲ ਕੌਮ ਦੇ ਸਾਰਥਕ ਹਿੱਤਾਂ ਨੂੰ ਮੁੱਖ ਰੱਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਘਟਨਾ ਸਾਡੀ ਕੌਮ ਦੇ ਨਾਲ ਨਾ ਵਾਪਰੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾ ਸਕੇ ਕਿ ਸਿੱਖ ਕੌਮ ਜਿਹੜੀ ਹੈ ਉਹ ਜ਼ੁਲਮ ਨਾ ਤਾਂ ਕਿਸੇ ਤੇ ਕਰਦੀ ਹੈ ਤੇ ਨਾ ਜ਼ੁਲਮ ਸਹਿੰਦੀ ਹੈ। ਸੋ ਇਹ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਮਿਸਾਲ ਦੇ ਰੂਪ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਕਾਰਜ ਕਰਨੇ ਨੇ ਔਰ ਇਸੇ ਤਰ੍ਹਾਂ ਸਾਨੂੰ ਸਾਰਿਆਂ ਦੇ ਸਾਥ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ। ਜਿਹੜੇ ਵੀਰ ਵੀ ਗਲਤ ਫਹਿਮੀ ਦੇ ਵਿੱਚ ਨੇ ਜਦੋਂ ਮਰਜ਼ੀ ਸਾਡੇ ਨਾਲ ਕੁਐਸਚਨ ਵੀ ਕਰ ਸਕਦੇ ਨੇ, ਪਰ ਦੂਸਰਿਆਂ ਨੂੰ ਵੀ ਕੁਐਸਚਨ ਕਰਨੇ ਬਣਦੇ ਨੇ ਕਿਉਂਕਿ ਪਿਛਲੇ ਟਾਈਮ ਇੱਥੇ ਟੋਰਾਂਟੋ ਦੇ ਅਖਬਾਰਾਂ ਵਿੱਚ ਵੀ ਫੋਟੋ ਦੇਖੀ ਹੈ ਕਿ ਇੱਥੇ ਮਿਸ਼ਰਾ ਜੀ ਆ ਚੁੱਕੇ ਨੇ, ਅੰਬੈਸੀ ਦੇ ਵਿੱਚ ਬਹੁਤ ਚੰਗੇ ਨੇ, ਚੰਗੇ ਹੋਣਗੇ, ਅਸੀਂ ਨਹੀਂ ਕਹਿੰਦੇ ਕਿ ਮਾੜੇ ਆ, ਉਹਨਾਂ ਦੇ ਜਨਗਣ ਮਨ ਵੀ ਇਹ ਸੁਣਾਉਂਦੇ ਨੇ ਆਪਣੇ ਰੇਡੀਓ ਤੇ, ਇਹਨਾਂ ਨੂੰ ਉਹਨਾਂ ਨੂੰ ਵੀ ਕੁਐਸਚਨ ਕਰਨਾ ਚਾਹੀਦਾ ਵੀ ਇੰਨਾ ਟਾਈਮ ਹੋ ਗਿਆ ਤੁਸੀਂ ਦੰਗੇ ਦੰਗੇ ਕਹਿੰਦੇ ਰਹੇ ਆ, ਤੁਹਾਡੇ ਆਪਣੇ ਕਮਿਸ਼ਨ ਕਿਤੇ ਕਹਿੰਦਾ 2700 ਮਾਰੇ ਗਏ, ਕਿਤੇ ਕਹਿੰਦਾ 900 ਮਾਰੇ ਗਏ, ਇੰਨੀ ਰਾਸ਼ੀ ਦਿੱਤੀ ਗਈ, ਉਹ ਕਿਹਨੂੰ ਦਿੱਤੀ ਗਈ ਤੇ ਕਿੰਨੇ ਲੋਕ ਮਰੇ ਆ, ਤੁਸੀਂ ਉਹਨਾਂ ਨੂੰ ਵੀ ਕਿਤੇ ਏਅਰ ਦੇ ਲਿਆ ਕੇ ਪੁੱਛੋ, ਪਰ ਇਹ ਇਹਨਾਂ ਦਾ ਕੰਮ ਨਹੀਂ ਹੈ ਪੁੱਛਣਾ ਕਿਉਂਕਿ ਇਹਨਾਂ ਦਾ ਜਿਹੜਾ ਕੰਮ ਉਹ ਕਰ ਰਹੇ ਨੇ। ਦੂਸਰੀ ਗੱਲ ਤੁਸੀਂ ਜਿਹੜੀ ਆਪਣੀ ਕਨਵਰਸੇਸ਼ਨ ਦੇ ਵਿੱਚ ਕਹੀ ਹੈ, ਉਹਨਾਂ ਨੇ ਤੁਹਾਨੂੰ ਪੁੱਛਿਆ ਕਿ ਤੁਸੀਂ ਆਪਣੇ ਕੰਨੀ ਸੁਣਿਆ, ਤੇ ਬੜਾ ਵੱਡਾ ਕੁਐਸਚਨ ਬਣ ਜਾਂਦਾ ਕਿ ਮਿਲੀਅਨ ਡਾਲਰ ਦੇ ਜੇ ਤੁਸੀਂ ਇਲਜ਼ਾਮ ਲਾਉਣੇ ਆ ਉੱਥੇ ਤੁਸੀਂ ਆਪਣੇ ਅੱਖੀ ਦੇਖਿਆ ਕਿਸੇ ਨੂੰ ਕਿ ਮਿਲੀਅਨ ਡਾਲਰ ਦਿੱਤੇ ਜਾ ਰਹੇ ਨੇ ਜਾਂ ਤੁਸੀਂ ਆਪਣੇ ਹੱਥਾਂ ਨਾਲ ਦਿੱਤੇ ਨੇ, ਇਹਨਾਂ ਕੋਲੇ ਦਾ ਕੋਈ ਆਨਸਰ ਨਹੀਂ ਹੈ ਕਿਉਂਕਿ ਰੇਡੀਓ ਵਾਲਾ ਜਿਹੜਾ ਵੋਇਸ ਆਫ ਸਿੱਖ ਆ ਉਹਨਾਂ ਨੇ ਵੀ ਬੜਾ ਵੱਡਾ ਲੈਟਰ ਪਾਇਆ, ਉਹਦਾ ਵੀ ਕੋਈ ਆਨਸਰ ਨਹੀਂ ਹੈ, ਤੁਹਾਡਾ ਵੀ ਲੈਟਰ ਆ ਚੁੱਕਿਆ ਉਹਦਾ ਵੀ ਕੋਈ ਆਨਸਰ ਨਹੀਂ ਹੈ, ਪਰ ਕਿਸ ਤਰ੍ਹਾਂ ਕਿ ਲੈ ਕੇ ਰਹਾਂਗੇ ਆਨਸਰ ਹਰ ਚੀਜ਼ ਦਾ, ਜੇ ਦੇਖੋ ਬਕਾਇਦਾ ਇਸ ਦਾ ਉਹਨਾਂ ਨੂੰ ਜਵਾਬ ਦੇਣਾ ਪਵੇਗਾ ਔਰ ਉਹਨਾਂ ਕੋਲ ਜਵਾਬ ਬਕਾਇਦਾ ਲਵਾਂਗੇ ਇਸ ਗੱਲ ਤੇ। ਪਰ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਇਸ ਮਸਲੇ ਦੇ ਉੱਪਰ ਜਿਹੜੀ ਸਾਨੂੰ ਆਪਸ ਵਿੱਚ ਇਹਨਾਂ ਗੱਲਾਂ ਦੇ ਵਿੱਚ ਉਲਝਣ ਦੀ ਬਜਾਏ ਜਿਹੜੇ ਮੇਨ ਕੌਮੀ ਕਾਜ ਹੈਗਾ ਅੱਜ ਇੰਨੇ ਵੱਡੇ ਪੱਧਰ ਦੇ ਉੱਪਰ ਜਿਹੜਾ ਇਹ ਸੰਘਰਸ਼ ਲੜਿਆ ਗਿਆ ਹੈ, ਉਹਨਾਂ ਬੰਦਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹਨਾਂ ਬਾਰੇ ਤੁਸੀਂ ਹੁਣ ਤੱਕ ਕੀ ਕੀਤਾ ਤੇ ਕੀ ਕਰਨਾ ਚਾਹੋਗੇ, ਇਹ ਸਭ ਤੋਂ ਮੇਨ ਸਵਾਲ ਹੈਗਾ ਹੈ। ਇਹ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਅੱਜ ਜਿਹੜੀ ਗੱਲ ਕੀਤੀ ਜਾ ਰਹੀ ਹੈ, ਤੁਸੀਂ ਦੇਖੋ ਕਿ ਦਿੱਲੀ ਦੇ ਵਿੱਚ ਅੱਜ ਜਦੋਂ ਉਹਨੇ ਅਰਵਿੰਦ ਕੇਜਰੀਵਾਲ ਨੇ ਇੰਨੀ ਗੱਲ ਕਹੀ ਹੈ, ਤਾਂ ਤੁਸੀਂ ਦੇਖੋ ਐਸ ਆਈ ਟੀ ਬਣਨ ਤੋਂ ਪਹਿਲਾਂ ਹੀ ਉਹਦੀ ਸਰਕਾਰ ਨੂੰ ਜਿਹੜਾ ਉਹ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੀ ਰਾਤੋ ਰਾਤ ਸਰਕਾਰ ਜਿਹੜੀ ਹੈ ਉਹ ਡੈਮੇਜ ਕਰ ਦਿੱਤੀ ਜਾਵੇ। ਸੋ ਜੇ ਬੰਦੇ ਕੋਈ ਚੰਗੇ ਅੱਗੇ ਆ ਕੇ ਕੋਈ ਚੰਗੀ ਗੱਲ ਕਰਨ ਦੀ ਆਵਾਜ਼ ਬੁਲੰਦ ਕਰ ਰਹੇ ਨੇ, ਉਹਨਾਂ ਨੂੰ ਸਹਿਯੋਗ ਦੇਣ ਦੀ ਬਜਾਏ ਉਹਨਾਂ ਨੂੰ ਅੱਜ ਚਾਹੇ ਉਹ ਬੀਜੇਪੀ ਚਾਹੇ ਕਾਂਗਰਸ ਹੈ, ਉਹ ਅਸੀਂ ਸਮਝਦੇ ਹਾਂ, ਪਹਿਲਾਂ ਵੀ ਮੈਂ ਡਿਕਲੇਅਰ ਕੀਤਾ ਲਗਾਤਾਰ ਕਰਦੇ ਆ ਰਹੇ ਹਾਂ ਕਿ ਸਾਡੇ ਵਾਸਤੇ ਏ ਤੇ ਬੀ ਟੀਮਾਂ ਨੇ, ਇਹ ਆਪਸ ਵਿੱਚ ਰਲ ਜਾਂਦੀਆਂ, ਇਕੱਠੀਆਂ ਹੋ ਜਾਂਦੀਆਂ ਔਰ ਸਿੱਖਾਂ ਦੇ ਕਤਲੇਆਮ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਪੂਰੀ ਸਹੂਲੀਅਤ ਰਹੀ ਹੈ। ਬੀਜੇਪੀ ਉਹ ਪਾਰਟੀ ਜਿਹਨੇ ਦੁਰਗਾ ਦਾ ਖਿਤਾਬ ਦਿੱਤਾ ਇੰਦਰਾ ਗਾਂਧੀ ਨੂੰ ਔਰ ਕਾਂਗਰਸ ਉਹ ਹੈ ਕਿ ਜਿਹਨੇ ਸਾਡੇ ਧਰਮ ਦੇ ਉੱਪਰ ਹਮਲਾ ਕੀਤਾ, ਗੁਰਦੁਆਰਿਆਂ ਦੇ ਉੱਪਰ ਹਮਲਾ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕੀਤਾ ਔਰ ਸਾਡੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਐਲੀਗੇਸ਼ਨ ਲਾਉਣ ਵਾਲੇ ਵੀਰ ਨੇ ਉਹਨਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਬਿਨਾਂ ਸਬੂਤ ਤੋਂ ਜੇਕਰ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਜੇ ਅਸੀਂ ਹਿੰਦੁਸਤਾਨ ਦੀ ਗੌਰਮੈਂਟ ਕੋਲੋਂ ਉਹਨਾਂ ਰਾਹੁਲ ਗਾਂਧੀ ਵਰਗੇ ਨੂੰ ਮਜਬੂਰ ਕਰ ਸਕਦੇ ਹਾਂ ਤੇ ਉਹਨਾਂ ਕੋਲ ਅਸੀਂ ਜਵਾਬ ਲੈ ਸਕਦੇ ਹਾਂ, ਤੇ ਸਾਨੂੰ ਹਰ ਉਸ ਵਿਅਕਤੀ ਕੋਲੋਂ ਜਿਹੜਾ ਬੇਲੋੜ ਆ ਸਾਡੇ ਉੱਪਰ ਕੋਈ ਇਲਜ਼ਾਮ ਲਾਉਂਦਾ ਉਹਦੇ ਕੋਲ ਵੀ ਜ਼ਰੂਰ ਜਵਾਬ ਲੈ ਸਕਦੇ। ਮਾਮਾ ਸਾਹਿਬ ਜੀ, US ਮੀਡੀਆ ਕੈਨੇਡਾ ਦੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਜਿਸ ਤਰ੍ਹਾਂ ਤੁਸੀਂ ਏ ਤੋਂ ਲੈ ਕੇ ਜ਼ੈਡ ਤੱਕ ਕਾਂਗਰਸ ਪਾਰਟੀ ਔਰ ਬੀਜੇਪੀ, RSS ਔਰ ਹਿੰਦੁਸਤਾਨ ਦੀ ਜੁਡੀਸ਼ਰੀ ਔਰ ਇੱਥੋਂ ਤੱਕ ਹਿੰਦੁਸਤਾਨ ਨਾਲ ਜੁੜਿਆ ਹੋਇਆ ਮੀਡੀਆ, ਉਹਨਾਂ ਦਾ ਕੀ ਕਿਰਦਾਰ ਹੈ, ਕੀ ਕੀਤਾ, ਕੀ ਕਰ ਰਹੇ ਨੇ, ਬਹੁਤ ਹੀ ਵਧੀਆ ਢੰਗ ਨਾਲ ਉਹ ਕਲੀਅਰ ਕੀਤਾ। ਔਰ ਜਿਹੜਾ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ, ਸਾਨੂੰ ਵੀ ਕੁਝ ਫੋਨ ਕਾਲ ਆ ਰਹੇ ਨੇ ਕਿ ਵੀਰ ਮਾਮਾ ਸਾਹਿਬ ਕਿਸ ਤਰ੍ਹਾਂ ਉੱਥੇ ਆ ਗਏ, ਉਹਨਾਂ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ, ਉਹਨੂੰ ਬੜਾ ਵਧੀਆ ਢੰਗ ਨਾਲ ਕਲੀਅਰ ਕੀਤਾ। ਦੇਖੋ ਮੇਰੀ ਗੱਲ ਸੁਣੋ, ਆਪਣੇ ਦੇਖੋ ਇੱਕ ਕੋਈ ਇਹ ਮਹਿਸੂਸ ਕਰਦਾ ਹੈ ਕਿ ਉਹਦੇ ਉੱਪਰ ਕੋਈ ਸਰਕਾਰੀ ਦਬਾਅ ਹੈ
ਜਾਂ ਅਸੀਂ ਜਿਹੜੀ ਸਿੱਖ ਫਾਰ ਜਸਟਿਸ ਦੀ ਜਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਨਹੀਂ ਕਰਨੀ, ਉਹਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਕਿ ਇਹ ਜਥੇਬੰਦੀਆਂ ਕੋਈ ਸਾਡੀ ਜਗੀਰ ਨਹੀਂ, ਇੱਕ ਪਲੇਟਫਾਰਮ ਹੈ, ਜਿਸ ਪਲੇਟਫਾਰਮ ਤੋਂ ਅਸੀਂ ਹਮੇਸ਼ਾ ਹੱਕ ਸੱਚ ਤੇ ਨਿਆਂ ਦੀ ਗੱਲ ਕੀਤੀ ਹੈ ਔਰ ਉਹ ਕਰਦੇ ਰਹਾਂਗੇ, ਉਹਦੇ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ। ਜਦੋਂ ਸਾਡੀ ਜ਼ਬਾਨ ਬੰਦ ਕਰ ਲਈ ਜਾਵੇ ਉਹ ਵੱਖਰੀ ਗੱਲ ਹੈ, ਸਾਨੂੰ ਸਰੀਰਕ ਤੌਰ ਦੇ ਉੱਤੇ ਕੋਈ ਨੁਕਸਾਨ ਹੋ ਜਾਵੇ ਵੱਖਰੀ ਗੱਲ ਹੈ, ਲੇਕਿਨ ਜਦੋਂ ਤੱਕ ਅਸੀਂ ਜਿੰਦਾ ਸਾਡਾ ਇੱਕ ਸੰਘਰਸ਼ ਹੈ, ਉਹ ਸੰਘਰਸ਼ ਸਾਡੇ ਗੁਰੂ ਸਾਹਿਬਾਨ ਨੇ ਲੜਿਆ, ਉਸ ਤੋਂ ਬਾਅਦ ਅਸੀਂ ਉਹਨੂੰ ਲੜਦੇ ਆ ਰਹੇ ਹਾਂ ਔਰ ਸਾਡੀਆਂ ਪੀੜ੍ਹੀਆਂ ਲੜਦੀਆਂ ਰਹਿਣੀਆਂ। ਹੱਕ ਸੱਚ ਤੇ ਨਿਆਂ ਵਾਸਤੇ ਇਹ ਸੰਘਰਸ਼ ਚੱਲਿਆ ਆ ਰਿਹਾ ਹੈ ਔਰ ਉਸ ਦੇ ਵਿੱਚ ਅਸੀਂ ਮਨੁੱਖੀ ਹੱਕਾਂ ਹਕੂਕਾਂ ਨੂੰ ਸਭ ਤੋਂ ਪਹਿਲ ਦਿੰਦੇ ਹਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ ਦਾ ਜਿਹੜਾ ਮਿਸ਼ਨ ਹੈ ਉਹਨੂੰ ਲੈ ਕੇ ਹੀ ਹਮੇਸ਼ਾ ਅਸੀਂ ਤਨਦੇਹੀ ਨਾਲ ਕੋਸ਼ਿਸ਼ ਕਰਦੇ ਹਾਂ। ਪਰ ਇੱਕ ਗੱਲ ਜ਼ਰੂਰ, ਇਸ ਗੱਲ ਦਾ ਦਾਅਵਾ ਨਹੀਂ ਕਰਦੇ, ਮਨੁੱਖਾਂ ਅਧੂਰੇ ਆ, ਪੂਰਾ ਕੇਵਲ ਗੁਰੂ ਹੈ ਔਰ ਉਸ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਅਸੀਂ ਜੋ ਵੀ ਆਪਣੇ ਵੱਲੋਂ ਚੰਗਾ ਕਾਰਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਲਗਾਤਾਰ ਕਰਦੇ ਰਹੋ। ਸਾਨੂੰ ਆਪਣੀ ਇਸ ਕੌਮ ਦੇ ਨਾਲ ਜੋ ਹੋਇਆ ਅਤਿਆਚਾਰ ਆ ਉਸਦੀ ਗੱਲ ਕਰਨੀ ਚਾਹੀਦੀ ਹੈ ਔਰ ਅਸੀਂ ਆਪਾਂ ਨੂੰ ਵੀ ਵੈਲਕਮ ਕਰਨਾ ਚਾਹੀਦਾ ਹੈ ਕਿ ਜੇ ਕੋਈ ਬੰਦਾ ਗਲਤ ਪਾਸੇ ਗਿਆ ਵੀ ਹੈ ਕਿਸੇ ਕਨਫਿਊਜ਼ਨ ਦੇ ਤੌਰ ਤੇ ਉਹਨੂੰ ਵਾਪਸ ਆਉਣਾ ਚਾਹੀਦਾ, ਕਿਉਂਕਿ ਉਸ ਦਿਨ ਗਰੇਵਾਲ ਸਾਹਿਬ ਨੇ ਵੀ ਮੇਰੇ ਖਿਆਲ ਤੁਹਾਨੂੰ ਕੁਐਸਚਨ ਵੀ ਕੀਤਾ ਸੀ ਕਿ ਕੁੱਝ ਲੋਕ 84 ਦਾ ਮੁੱਦਾ ਆਪਣਾ ਬਣਾ ਕੇ ਬੈਠੇ ਨੇ। ਬਿਲਕੁਲ ਕਿਸੇ ਦਾ ਮੁੱਦਾ ਨਹੀਂ ਹੈ, ਕੌਮ ਦਾ ਮੁੱਦਾ ਹੈ, ਕਿਉਂਕਿ ਕੱਲ ਹੀ ਇੱਥੇ ਜਦੋਂ ਹਿੰਦੁਸਤਾਨ ਵੱਲੋਂ ਜਿਹੜਾ 26 ਜਨਵਰੀ ਦਿਵਸ ਜਿਹੜਾ ਮਨਾਇਆ ਗਿਆ ਟੋਰਾਂਟੋ ਦੇ ਵਿੱਚ 2 ਫਰਵਰੀ ਨੂੰ, ਉਹਦੇ ਵਿੱਚ 84 ਦਾ ਜਿਹੜਾ ਮੁੱਦਾ 84 ਦੀ ਜਿਹੜੀ ਗੱਲ ਹੈ ਉਹ ਸਿੱਖ ਕੌਮ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਉਹ ਜਿਹੜਾ ਇਹ ਜਿਹੜਾ ਹੋ ਰਿਹਾ ਸੀ 26 ਜਨਵਰੀ ਦਾ ਪ੍ਰੋਗਰਾਮ ਉਸਦੇ ਸਾਹਮਣੇ ਇੱਕ ਬਹੁਤ ਵੱਡਾ ਪ੍ਰੋਟੈਸਟ ਕਰਕੇ ਦੱਸਿਆ ਗਿਆ ਕਿ ਅਸੀਂ 84 ਦੀ ਗੱਲ ਕਰ ਰਹੇ ਹਾਂ। ਪਰ ਗਰੇਵਾਲ ਸਾਹਿਬ ਮੈਨੂੰ ਉਮੀਦ ਸੀ ਉੱਥੇ ਪਹੁੰਚਣਗੇ ਕਿਉਂਕਿ ਉਹ ਕਹਿੰਦੇ ਸੀ ਕਿ 84 ਦੀ ਗੱਲ ਕਰਨੀ ਹੈ ਪਰ ਉੱਥੇ ਵੇਖੇ ਨਹੀਂ ਗਏ ਔਰ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਇੱਕ ਵਾਰ ਫਿਰ ਤੁਸੀਂ ਜਾਣ ਤੋਂ ਪਹਿਲਾਂ ਕੋਈ ਗੱਲ ਯੂ ਐਸ ਮੀਡੀਆ ਕੈਨੇਡਾ ਦੇ ਇਸ ਚੈਨਲ ਦੇ ਉੱਪਰ ਆਪਣੇ ਵੱਲੋਂ ਕਹਿਣਾ ਚਾਹੁੰਦਾ, ਧੰਨਵਾਦ ਕਰਨਾ ਚਾਹੁੰਦਾ ਯੂ ਐਸ ਮੀਡੀਆ ਦਾ ਤੇ ਉਸ ਸਮੁੱਚੇ ਮੀਡੀਆ ਦਾ ਜਿਹੜਾ ਇੱਥੇ ਅਬਰੋਡ ਦੇ ਵਿੱਚ ਕੰਮ ਕਰ ਰਿਹਾ ਤੇ ਜਿਹਨਾਂ ਵੀਰਾਂ ਨੂੰ ਸਾਡੇ ਨਾਲ ਕੋਈ ਗਿਲਾ ਸ਼ਿਕਵਾ ਵੀ ਹੈਗਾ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਅਸੀਂ 24 ਘੰਟੇ ਹਾਜ਼ਰ ਹਾਂ, ਜਦੋਂ ਮਰਜ਼ੀ ਸਾਨੂੰ ਆਵਾਜ਼ ਕਰ ਸਕਦੇ ਆ। ਲੇਕਿਨ ਉਹਨਾਂ ਸਾਰਿਆਂ ਨੂੰ ਮੇਰੀ ਇੱਕੋ ਅਪੀਲ ਹੈ ਕਿ ਇਕਜੁੱਟਤਾ ਦੇ ਨਾਲ ਇਹ ਜਿਹੜੀ ਲੜਾਈ ਲੜੀ ਜਾ ਰਹੀ ਹੈ ਉਹ ਹੱਕ ਦੀ ਲੜਾਈ ਲੜੀ ਜਾ ਰਹੀ ਹੈ ਔਰ ਉਹਨਾਂ ਫਿਰਕਾ ਪ੍ਰਸਤ ਲੋਕਾਂ ਦੇ ਲੜੀ ਜਾ ਰਹੀ ਹੈ ਜਿਹੜੇ ਰਾਵਣ ਬਣ ਕੇ ਜਿਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਔਰ ਜਿਹੜੇ ਸਾਨੂੰ ਇਹ ਕਹਿੰਦੇ ਨੇ ਜੀ ਪੁਰਾਣੇ ਮੁਰਦੇ ਕਿਉਂ ਅਖੇੜਦੇ ਹੋ, ਪੁਰਾਣੀਆਂ ਗੱਲਾਂ ਕਿਉਂ ਕਰਦੇ ਹੋ, ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਹਿੰਦੁਸਤਾਨ ਦੀ ਜਿਹੜੀ ਸੰਸਕ੍ਰਿਤੀ ਹੈ, ਜਿਹੜੀ ਮਾਨਸਿਕਤਾ ਹੈ, ਉਹ ਰਾਵਣ ਨੂੰ ਨੀ ਭੁੱਲੀ, ਵਿਭੀਸ਼ਣ ਨੂੰ ਨੀ ਭੁੱਲੀ, ਉਹਨਾਂ ਦੇ ਬਕਾਇਦਾ ਜਿਹੜੇ ਆ ਪੁਤਲੇ ਜਲਾਏ ਜਾਂਦੇ ਨੇ ਔਰ ਹਰ ਸਾਲ ਜਲਾਏ ਜਾਂਦੇ ਦੁਸਹਿਰੇ ਦੇ ਦਿਨ ਤੇ ਸਾਡੇ ਜਿਹੜੇ ਕਾਤਲ ਨੇ ਉਹਨਾਂ ਨੂੰ ਤਾਂ ਅਜੇ 30 ਸਾਲ ਹੋਏ ਨੇ, ਉਹ ਸਾਡੀ ਅੱਖਾਂ ਦੇ ਸਾਹਮਣੇ ਜਿਉਂਦੇ ਜਾਗਦੇ ਕਰਦੇ ਆ, ਇਹ ਤਾਂ ਪੁਤਲਿਆਂ ਨੂੰ ਫੂਕ ਰਹੇ ਨੇ ਤੇ ਅਸੀਂ ਜਿਹੜੇ ਜਿਉਂਦੇ ਜਾਗਦੇ ਸਾਡੇ ਸਾਹਮਣੇ ਜਿਹੜੇ ਸਾਡੇ ਕਾਤਲ ਫਿਰਦੇ ਨੇ ਉਹਨਾਂ ਨੂੰ ਅਸੀਂ ਕਿਵੇਂ ਭੁੱਲ ਜਾਈਏ, ਉਹਨਾਂ ਨੂੰ ਕਿਵੇਂ ਅਸੀਂ ਬਖਸ਼ ਦਈਏ। ਸੋ ਸਾਡੀ ਲੜਾਈ ਦੇ ਇਹ ਕੋਈ ਆਪਣੀ ਸਾਡੀ ਨਿੱਜੀ ਲੜਾਈ ਨਹੀਂ, ਇਹ ਕੌਮੀ ਲੜਾਈ ਹੈ ਔਰ ਮਨੁੱਖੀ ਹੱਕਾਂ ਹਕੂਕਾਂ ਦੀ ਲੜਾਈ ਹੈ ਔਰ ਜਿਸ ਵਾਸਤੇ ਸਾਡੇ 5ਵੇਂ ਗੁਰੂ ਪਾਤਸ਼ਾਹ ਨੇ 33 ਰਵੀ ਦੇ ਉੱਤੇ ਬੈਠ ਕੇ ਸਿਰ ਦੇ ਵਿੱਚ ਗਰਮ ਰੇਤਾ ਪਵਾ ਕੇ ਫਿਰ ਵੀ ਸੀ ਨਹੀਂ ਉਚਾਰੀ ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਇਹ ਪਿਆਰੇ ਗੁਰਸਿੱਖ ਜਿਹੜੇ ਉਹ ਸ਼ਹੀਦ ਹੋਏ, 4 ਸਾਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਪਿਆਰੇ ਗੁਰਸਿੱਖ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਸੋ ਸਾਨੂੰ ਇਹ ਗੱਲ ਕਰਨ ਤੋਂ ਗੁਰੇਜ ਕਰਨਾ ਚਾਹੀਦਾ, ਜਿਹੜੇ ਕਹਿੰਦੇ ਨੇ ਜੀ ਪੁਰਾਣੀਆਂ ਗੱਲਾਂ ਕਿਉਂ ਕਰ ਰਹੇ ਹੋ ਜੀ, ਇੰਨਾ ਸਮਾਂ ਹੋ ਗਿਆ ਜੀ, ਉਹਨਾਂ ਨੂੰ ਇਹ ਗੱਲ ਕਹਿ ਮੈਂ ਇੰਨੀ ਕਹਿਣਾ ਚਾਹਾਂਗਾ ਕਿ ਤੁਸੀਂ ਇਹਨਾਂ ਨੂੰ ਹਿੰਦੁਸਤਾਨੀਆਂ ਨੂੰ ਇਸ ਗੱਲ ਤੋਂ ਬੰਦ ਕਰਾ ਦਿਓ ਕਿ ਰਾਵਣ ਦੇ ਪੁਤਲੇ ਜਲਾਉਣੇ ਬੰਦ ਕਰ ਦੇਣ, ਅਸੀਂ ਵੀ ਚੁੱਪ ਕਰਕੇ ਬੈਠ ਜਾਵਾਂਗੇ। ਸੋ ਸਾਰਿਆਂ ਦੇ ਸਹਿਯੋਗ ਦੀ ਆਸ ਨਾਲ ਮੈਂ ਇੱਕ ਵਾਰ ਫਿਰ ਯੂ ਐਸ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।